ਦੁਨੀਆ ਦੇ ਵੱਖ-ਵੱਖ ਕੋਨਾਂ 'ਚ ਬੈਠੇ ਪ੍ਰੋਗਰਾਮ ਸਾਂਝ ਵਿਚਾਰਾਂ ਨਾਲ ਸਾਂਝ ਪਾਉਣ ਵਾਸਤੇ ਆਪ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਆਪ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਜਿਹੜਾ ਵਿਸ਼ਾ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਅਕਸਰ ਹੀ ਸੁਣਦੇ ਆ ਆਪਣੇ ਸਮਾਗਮਾਂ ਦੇ ਵਿੱਚ ਸੰਗਤਾਂ ਦੀ ਜ਼ੁਬਾਨੀ ਪ੍ਰਬੰਧਕਾਂ ਦੀ ਜ਼ੁਬਾਨੀ ਕਿ ਨੌਜਵਾਨ ਕੌਮ ਦਾ ਸਰਮਾਇਆ ਹੁੰਦੇ ਨੇ। ਕੋਈ ਵੀ ਕੌਮ ਹੋਵੇ ਉਸ ਕੌਮ ਦੇ ਨੌਜਵਾਨ ਸੱਚਮੁੱਚ ਕੌਮ ਦਾ ਸਰਮਾਇਆ ਹੁੰਦੇ ਨੇ। ਕੀ ਇਹ ਸ਼ਬਦ ਕਹਿੰਦ ਤੱਕ ਸੀਮਤ ਨੇ? ਜਾਂ ਫਿਰ ਨੌਜਵਾਨਾਂ ਦੇ ਲਈ ਕੋਈ ਇਹੋ ਜਿਹਾ ਪ੍ਰਬੰਧ ਕੀਤਾ ਜਾਂਦਾ ਹੈ ਕੌਮ ਦੇ ਆਗੂਆਂ ਵੱਲੋਂ ਪ੍ਰਬੰਧਕਾਂ ਦੇ ਵੱਲੋਂ ਕਿ ਨੌਜਵਾਨਾਂ ਨੂੰ ਵੱਡਮੁੱਲਾ ਫਰਜ ਸਮਝਦੇ ਹੋਏ ਆਪਣਾ ਵੱਡਮੁੱਲਾ ਫਰਜ ਸਮਝਦੇ ਹੋਏ ਨੌਜਵਾਨਾਂ ਪ੍ਰਤੀ ਕੋਈ ਜ਼ਿੰਮੇਵਾਰੀ ਲਈ ਜਾਵੇ ਨੌਜਵਾਨਾਂ ਨੂੰ ਕੌਮ ਦੇ ਕਾਰਜਾਂ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਅੱਗੇ ਲਿਆਇਆ ਜਾਵੇ ਜੇਕਰ ਨਹੀਂ ਜਾਂ ਫਿਰ ਜੇਕਰ ਲਿਆਇਆ ਜਾਵੇ ਕਿ ਕੌਮ ਦੀ ਚੜ੍ਹਦੀ ਕਲਾ ਹੋ ਸਕਦੀ ਹੈ ਕੀ ਇਹ ਸ਼ਬਦ ਕੇਵਲ ਬੋਲਨ ਤੱਕ ਸੀਮਤ ਨੇ ਸੁਣਨ ਤੱਕ ਸੀਮਤ ਨੇ ਕਿ ਨੌਜਵਾਨ ਕੌਮ ਦਾ ਸਰਮਾਇਆ ਹੁੰਦੇ ਨੇ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਇਸੇ ਤੇ ਆਧਾਰਿਤ ਖਾਸ ਪ੍ਰੋਗਰਾਮ ਸਾਂਝ ਵਿਚਾਰਾਂ ਦੀ ਗੁਰਦੁਆਰਾ ਪ੍ਰਬੰਧ ਦੇ ਵਿੱਚ ਨੌਜਵਾਨਾਂ ਦੀ ਕੀ ਭੂਮਿਕਾ ਹੈ ਨੌਜਵਾਨਾਂ ਦੀ ਕੀ ਸ਼ਮੂਲਤ ਹੋਣੀ ਚਾਹੀਦੀ ਹੈ ਅਤੇ ਜੇਕਰ ਨੌਜਵਾਨ ਗੁਰਦੁਆਰਾ ਪ੍ਰਬੰਧ ਵਿੱਚ ਆਉਂਦੇ ਨੇ ਕੀ ਗੁਰਦੁਆਰਾ ਪ੍ਰਬੰਧ ਦੇ ਵਿੱਚ ਕੁਝ ਚੇਂਜੇਸ ਆਏਗੀ ਜਾਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਜਾਂ ਪੰਥ ਦੇ ਵੱਧ ਦੇ ਵਾਸਤੇ ਕੋਈ ਨਵਾਂ ਪ੍ਰਬੰਧ ਲਿਖਿਆ ਜਾਵੇਗਾ ਅੱਜ ਇਸ ਪੂਰੇ ਵਿਸ਼ੇ ਨੂੰ ਤੁਹਾਡੇ ਰੂਬਰੂ ਕਰਨ ਲਈ ਸਿੱਖ ਵਿਦਵਾਨ ਸੜਿਆਤੀ ਸਤਕਾਜਗੁਪਾਈ ਗੁਰਪ੍ਰੀਤ ਸਿੰਘ ਪੰਜਗੜਾਈ ਤੋਂ ਅਤੇ ਗੁਰਦੁਆਰਾ ਸਾਚਾ ਤਨਸਾਹਿਬ ਦੇ ਮੈਨੇਜਰ ਸਾਹਿਬ ਸਰਦਾਰ ਰਮਨਜੀਤ ਸਿੰਘ ਜੀ ਜੋ ਕਿ ਲੰਬੇ ਸਮੇਂ ਤੋਂ ਉਸ ਕਮੇਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹ ਕਮੇਟੀ ਜਿਹੜੀ ਕਿ ਸੰਗਤਾਂ ਦੀ ਯੋਗ ਅਗਵਾਈ ਦੇ ਨਾਲ-ਨਾਲ ਹਰ ਤਰ੍ਹਾਂ ਦੇ ਪ੍ਰਬੰਧ ਹਰ ਤਰ੍ਹਾਂ ਦੇ ਕਾਰਜ ਉਸ ਗੁਰੂ ਘਰ ਵਿੱਚ ਕੀਤੇ ਜਾਂਦੇ ਨੇ ਤੁਹਾਡਾ ਸਵਾਗਤ ਜੀ ਫਤਿਹ ਸਾਜ ਪੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪੱਤਲ ਮੈਂ ਗੁਰਪ੍ਰੀਤ ਸਿੰਘ ਤੁਹਾਡੇ ਕੋਲ ਆਵਾਂਗਾ ਅਕਸਰ ਕਿਹਾ ਜਾਂਦਾ ਹੈ ਨੌਜਵਾਨ ਕੌਮ ਦਾ ਸਰਮਾਇਆ ਨੇ ਨੌਜਵਾਨ ਕੌਮ ਦੀ ਰੀੜ ਦੀ ਹੱਡੀ ਹੁੰਦੇ ਨੇ ਜਿਸ ਕੌਮ ਨੇ ਆਪਣੇ ਨੌਜਵਾਨਾਂ ਨੂੰ ਸੰਭਲਿਆ ਜਿਨ੍ਹਾਂ ਨੌਜਵਾਨਾਂ ਨੇ ਆਪਣਾ ਬਟਮੁੱਲਾ ਫਰਜ਼ ਸਮਝਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਬਾਖ ਖੋਬੀ ਢੰਗ ਨਾਲ ਨਿਭਾਇਆ ਉਸ ਕੌਮ ਦੇ ਵਿੱਚ ਕਦੀ ਵੀ ਢੈਂ ਦੀ ਕਲਣੀ ਆ ਸਕਦੀ ਜੀ ਕੀ ਸੱਚਮੁੱਚ ਨੌਜਵਾਨ ਕੌਮ ਦਾ ਸਰਮਾਇਆ ਹੁੰਦੇ ਨੇ ਜੇਕਰ ਹੁੰਦੇ ਨੇ ਕੀ ਅੱਜ ਉਹਨਾਂ ਨੌਜਵਾਨਾਂ ਨੂੰ ਪ੍ਰਬੰਧਾ ਦੇ ਵਿੱਚ ਗੁਰਦੁਆਰਾ ਮੈਨੇਜਮੈਂਟ ਦੇ ਵਿੱਚ ਸ਼ਮੂਲਿਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਜਿਹੜਾ ਨੌਜਵਾਨ ਹੈ ਉਹ ਕਿਸੇ ਵੀ ਕੌਮ ਦਾ ਸਰਮਾਇਆ ਤਾਂ ਹੁੰਦੇ ਹੀ ਹੈ ਨਾਲ ਨਾਲ ਰੀੜ ਦੀ ਹੱਡੀ ਹੁੰਦੇ ਕਿਉਂਕਿ ਨੌਜਵਾਨ ਜਿਹੜਾ ਹੈ ਉਹਦੇ ਵਿੱਚੋਂ ਹੀ ਅਗਲਾ ਜਿਹੜਾ ਸਾਡਾ ਸਮਾਂ ਆਉਣ ਵਾਲਾ ਹੁੰਦਾ ਉਹਦੇ ਤੇ ਨਿਰਭਰ ਹੁੰਦਾ ਜੇ ਨੌਜਵਾਨ ਜਾਗਰਤ ਹੈ ਤਾਂ ਆਉਣ ਵਾਲਾ ਸਮਾਂ ਸੁਹਾਵਣਾ ਹੋ ਸਕਦਾ ਜਿਹੜਾ ਗੁਰਦੁਆਰਾ ਪ੍ਰਬੰਧ ਕੀ ਢਾਂਚਾ ਹੈ ਉਹਦੇ ਵਿੱਚ ਅੱਜ ਕੀ ਹੈ ਜਿਹੜਾ ਅਜੋਕੇ ਸਮੇਂ ਦਾ ਪ੍ਰਬੰਧ ਹੈ ਉਹਦੇ ਵਿੱਚ ਵੱਡੀ ਉਮਰ ਦੇ ਜਿਹੜੇ ਬਜ਼ੁਰਗ ਨੇ ਸਾਡੇ ਉਹੀ ਜ਼ਿਆਦਾਤਰ ਪ੍ਰਬੰਧ ਦੇ ਵਿੱਚ ਹੁੰਦੇ ਨੇ ਜਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਜਾਂ ਕੋਈ ਹੋਰ ਸੰਸਥਾਵਾਂ ਜਾਂ ਸੁਸਾਇਟੀਆਂ ਬਣੀਆਂ ਹੁੰਦੀਆਂ ਜੀ ਤਾਂ ਨੌਜਵਾਨ ਨੂੰ ਉੱਥੇ ਬਹੁਤ ਘੱਟ ਜਿਹੜਾ ਹੈ ਸਮਾਂ ਦਿੱਤਾ ਜਾਂਦਾ ਹੈ ਜਿਹੜਾ ਹੈ ਬਹੁਤ ਭਾਗਾ ਵਾਲੇ ਉਹ ਨਗਰ ਹੈ ਬਹੁਤ ਭਾਗਾ ਵਾਲੀਆਂ ਉਹ ਸੰਸਥਾਵਾਂ ਨੇ ਜਿਹੜੀਆਂ ਨੌਜਵਾਨਾਂ ਨੂੰ ਸਾਹਮ ਕੇ ਆਪਣੇ ਪ੍ਰਬੰਧ ਦੇ ਵਿੱਚ ਲੈ ਕੇ ਆਉਂਦੀਆਂ ਕਿਉਂਕਿ ਨੌਜਵਾਨ ਜਿਹੜਾ ਉਹਦੇ ਵਿੱਚ ਬਹੁਤ એનર્ਜੀ ਹੁੰਦੀ ਹੈ ਉਹਦੇ ਵਿੱਚ ਜੋਸ਼ ਹੁੰਦਾ ਹੈ ਜੇ ਇਹ ਬਜ਼ੁਰਗ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਕਿਉਂਕਿ ਇਹ ਸਮਝਦੇ ਰਹਿੰਦੇ ਜਿਹੜੇ ਬਜ਼ੁਰਗ ਆ ਉਹਨਾਂ ਕੋਲੇ ਹੋਸ਼ ਹੁੰਦੀ ਹੈ ਉਹਨਾਂ ਨੇ ਸਮਾ ਉਹਨਾਂ ਕੋਲੇ ਤਜਰਬਾ ਬਹੁਤ ਵੱਡਾ ਹੁੰਦਾ ਹੈ ਇਸ ਗੱਲ ਤੋਂ ਆਪਾਂ ਮੁਨਕਰ ਨਹੀਂ ਜੀ ਪਰ ਜਿਹੜਾ ਨੌਜਵਾਨ ਹੈ ਉਹਨੂੰ ਕੇਵਲ ਇਸ ਤਰ੍ਹਾਂ ਕਹਿ ਕੇ ਨਕਾਰ ਦੇਣਾ ਪੀ ਇਹਦਾ ਕੱਲ ਦਾ ਨੌਜਵਾਨ ਇਹਨੂੰ ਕੀ ਪਤਾ ਕੀ ਪਤਾ ਬਿਲਕੁਲ ਤਾਂ ਇਸ ਗੱਲ ਇਹ ਜਿਹੜੀ ਸਾਡੇ ਵਾਸਤੇ ਬਹੁਤ ਕਿਤੇ ਨਾ ਕਿਤੇ ਘਾਟੇਬੰਦ ਸਾਫਤ ਹੋਈ ਹੈ ਤਾਂ ਜੋ ਜਿਹੜਾ ਨੌਜਦਾ ਨੌਜਵਾਨ ਆ ਉਹ ਗੁਰਦੁਆਰਾ ਸਾਹਿਬ ਦੇ ਪ੍ਰਤੀ ਪ੍ਰੇਰਿਤ ਨਹੀਂ ਹੈ ਸੇਵਾਵਾਂ ਦੇ ਲਈ ਪ੍ਰੇਰਿਤ ਹੈ ਪਰੰਤੂ ਪ੍ਰਬੰਧ ਵਾਸਤੇ ਨਹੀਂ ਅੱਗੇ ਆ ਰਿਹਾ ਅੱਗੇ ਨਹੀਂ ਆ ਰਿਹਾ ਬਾਕੀ ਉਹ ਇਸ ਤਰ੍ਹਾਂ ਵੀ ਜਿਹੜੇ ਜ਼ਿਆਦਾਤਰ ਪ੍ਰਬੰਧ ਕੀ ਢਾਂਚੇ ਵਿੱਚ ਵੱਡੇ ਬਜ਼ੁਰਗ ਹੁੰਦੇ ਨੇ ਤੇ ਜੇ ਉਹਦੇ ਵਿੱਚ ਇੱਕ ਦੋ ਨੌਜਵਾਨ ਹੁੰਦੇ ਵੀ ਆ ਤਾ ਉਹ ਦੀ ਦੱਸੀ ਹੋਈ ਗੱਲ ਜਾਂ ਉਹਦਾ ਕੋਈ ਜਿਹੜੀ ਗੱਲ ਇੰਨਾ ਗੌਰ ਨਹੀਂ ਕੀਤਾ ਜਾਂਦਾ ਗੌਰ ਨਹੀਂ ਕੀਤਾ ਜਾਂਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਲੰਬੇ ਸਮੇਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਗੁਰਦੁਆਰਾ ਸਾਚਾ ਤਨ ਸਾਹਿਬ ਦੀ ਜਿਹੜੀ ਕਮੇਟੀ ਹੈ ਯੋਗ ਹੱਥਾਂ ਦੇ ਹੱਥ ਵਿੱਚ ਹੈ ਯੋਗ ਪ੍ਰਬੰਧ ਉੱਥੇ ਕਿੱਤੇ ਜਾਂਦੇ ਨੇ ਸੰਕਤ ਵੀ ਬੜੀ ਖੁਸ਼ ਹੈ ਉੱਥੋਂ ਕਿੱਤੇ ਜਾਂਦੇ ਪ੍ਰਬੰਧਾ ਦੇ ਦੇਖ ਕੇ ਤੁਸੀਂ ਲੰਬੇ ਸਮੇਂ ਤੋਂ ਉੱਥੇ ਬਤੌਰ ਮੈਨੇਜਰ ਦੀ ਭੂਮਿਕਾ ਨਿਭਾ ਰਹੇ ਹੋ ਜੀ ਤੁਸੀਂ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਉੱਥੋਂ ਦੇ ਪ੍ਰਬੰਧ ਵਿੱਚ ਚੀਜ਼ਾਂ ਜਿਹੜੇ ਕਿ ਸਮੁੱਚੇ ਲੋਕਾਈ ਜਿੰਨੇ ਗੁਰੂ ਘਰ ਨੇ ਜੀਵਨ ਭਾਈ ਸਰ ਮੈਂ ਦੱਸਿਆ ਕਿ ਜੋਸ਼ ਅਤੇ ਹੋਸ਼ ਆਪਸੀ ਸੁਮੇਲ ਬੜਾ ਜ਼ਰੂਰੀ ਹੈ ਨੌਜਵਾਨਾਂ ਨੂੰ ਕਿਸ ਨਜ਼ਰੇ ਨਾਲ ਵੇਖਿਆ ਜਾਂਦਾ ਹੈ ਗੁਰਦੁਆਰਾ ਪ੍ਰਬੰਧ ਵਿੱਚ ਨੌਜਵਾਨਾਂ ਦੀ ਭੂਮਿਕਾ ਗਿਆਨੀ ਜੀ ਨੇ ਵੀ ਦੱਸਿਆ ਆਪਸੀ ਸੁਮੇਲ ਬਹੁਤ ਜ਼ਰੂਰੀ ਹੈ ਪ੍ਰਬੰਧ ਜੋ ਮੌਜੂਦਾ ਪ੍ਰਬੰਧ ਅਸੀਂ ਦੇਖ ਰਹੇ ਹਾਂ ਨਾ ਜੀ ਉਹ ਐਟ ਪ੍ਰੈਜ਼ੈਂਟ ਤੇ ਹੈ ਤੇ ਬਜ਼ੁਰਗਾਂ ਦੇ ਹੱਥ ਵਿੱਚ ਜੀ ਉਹਨਾਂ ਕੋਲ ਤਜਰਬਾ ਹੈ ਤਜਰਬਾ ਹੈ ਤਜਰਬਾ ਹੈ ਮਤਲਬ ਨੌਜਵਾਨ ਪ੍ਰਬੰਧ ਵਿੱਚ ਆ ਰਹੇ ਨੇ ਆਉਣਾ ਚਾਹੁੰਦੇ ਨੇ ਪਰ ਜਦ ਉਹਨਾਂ ਦੇ ਪ੍ਰਬੰਧ ਸੰਭਾਲਣ ਦੀ ਗੱਲ ਹੁੰਦੀ ਹੈ ਨਾ ਫਿਰ ਜੋ ਗਿਆਨੀ ਜੀ ਨੇ ਦੱਸਿਆ ਵੀ ਇਹ ਬੱਚੇ ਨੇ ਇਹ ਨਿਆਣੇ ਨੇ ਸੰਭਾਲ ਨਹੀਂ ਸਕਣਗੇ ਮਤਲਬ ਉਹਨਾਂ ਨੂੰ ਜਾਂ ਤੁਸੀਂ ਆ ਸੇਵਾ ਕਰੋ ਜੀ ਤੁਸੀਂ ਮਤਲਬ ਪ੍ਰਬੰਧ ਵੱਲ ਨਹੀਂ ਤੁਸੀਂ ਹੋਰ ਲੰਗਰ ਵੱਲ ਸੇਵਾ ਦੇਖੋ ਜੀ ਤੁਸੀਂ ਜਿੱਥੇ ਜਿੱਥੇ ਯੰਗ ਜਨਰੇਸ਼ਨ ਦੀ ਮਤਲਬ ਹੈ ਸੇਵਾ ਜੋਰ ਵਾਲੀ ਕਰਨੀ ਹੈ ਜਾਂ ਮਤਲਬ ਕਿਤੇ ਫਿਜ਼ੀਕਲੀ ਹੈ ਜਿੱਥੇ ਲੋਡ ਬਰਤਣੀ ਨਾ ਉਦਾਂ ਹੀ ਸੇਵਾ ਨਿਭਾਓ ਉਥੇ ਨੌਜਵਾਨ ਨੂੰ ਤੁਸੀਂ ਨਿਭਾਉ ਜੀ ਸੇਵਾ ਜਿੱਥੇ ਐਡਮਿਨਿਸਟ੍ਰੇਸ਼ਨ ਦੀ ਗੱਲ ਹੁੰਦੀ ਹੈ ਵੀ ਜੀ ਪ੍ਰਬੰਧ ਦੀ ਗੱਲ ਹੁੰਦੀ ਹੈ ਨਾ ਉਥੇ ਨੌਜਵਾਨਾਂ ਨੂੰ ਪ੍ਰਬੰਧ ਵਿੱਚ ਆਉਣ ਦੇ ਮੌਕੇ ਦੇਣੇ ਚਾਹੀਦੇ ਨੇ ਅਗਰ ਪ੍ਰਬੰਧ ਨੌਜਵਾਨੀ ਦੇ ਹੱਥ ਚ ਆਉਂਦਾ ਯੂਥ ਦੇ ਹੱਥ ਵਿੱਚ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਉਂਦਾ ਨਾ ਤਾਂ ਨੌਜਵਾਨ ਬੜਾ ਕੁਝ ਕਰ ਸਕਦੇ ਨੇ ਅਕਸਰ ਕਿਹਾ ਜਾਂਦਾ ਹੈ ਤਜਰਬਾ ਤੇ ਗਿਆਨ ਜਦੋਂ ਇਕੱਠੇ ਚੱਲਣਗੇ ਸ਼ਾਇਦ ਕੁਝ ਰੂਪਰੇਖਾ ਉਹ ਲਿਖ ਕੇ ਕੁਝ ਸਾਰਥਕ ਨਤੀਜੇ ਸਾਡੇ ਸਾਹਮਣੇ ਆ ਸਕਦੇ ਨੇ ਜੀ 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 ਤਜਰਬਾ ਤੇ ਗਿਆਨ ਬਿਲਕੁਲ ਵੀਰ ਜੀ ਤੁਹਾਡੀ ਸਹੀ ਗੱਲ ਹੈ ਤਜਰਬਾ ਆਪਣੀ ਥਾਂ ਤੇ ਹੈ ਔਰ ਗਿਆਨ ਹੈ ਜਿਹੜਾ ਉਹ ਆਪਣੀ ਥਾਂ ਤੇ ਹੈ ਮਤਲਬ ਇਕੱਲੇ ਤਜਰਬੇ ਦਾ ਹਵਾਲਾ ਦੇ ਕੇ ਅਸੀਂ ਵੀ ਸਾਡੇ ਐਕਸਪੀਰੀਅੰਸ ਹੈ ਜੀ ਸਾਡਾ ਏਜ ਐਕਸਪੀਰੀਅੰਸ ਹੈ ਉਦੇ ਕਰਕੇ ਅਸੀਂ ਨੌਜਵਾਨੀ ਨੂੰ ਪਿੱਛੇ ਰੱਖ ਰਹੇ ਆ ਯੂਥ ਨੂੰ ਮੌਕਾ ਨਹੀਂ ਦੇ ਰਹੇ ਅੱਗੇ ਆਉਣ ਦਾ ਪ੍ਰਬੰਧ ਦੇ ਵਿੱਚ ਵੀ ਤੁਸੀਂ ਹਜੇ ਐਬਲ ਨਹੀਂ ਹੋ ਤਾਂ ਇਹਦੇ ਵਿੱਚ ਮੈਂ ਕਹਿਣਾ ਚਾਹਾਂਗਾ ਵੀ ਬਜ਼ੁਰਗਾਂ ਨੂੰ ਚਾਹੀਦਾ ਹੈ ਜਿਨ੍ਹਾਂ ਦੇ ਹੱਥ ਵਿੱਚ ਮੌਜੂਦਾ ਪ੍ਰਬੰਧ ਹੈ ਉਹ ਗਲਵਕੜੀ ਆਪਣੀ ਇੰਨੀ ਕੋ ਗਲਵਕੜੀ ਕਾਇਮ ਕਰ ਲੈਣ ਨੌਜਵਾਨਾਂ ਨੂੰ ਗਲਵਕੜੀ ਚਾਹੀਦਾ ਸਰ ਕਿ ਉਹ ਇਹ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਉਹਨਾਂ ਨੂੰ ਇਨਸਪਾਇਰ ਕਰਨ ਔਰ ਉਹਨਾਂ ਦੇ ਅੰਦਰ ਇਹ ਹੌਸਲਾ ਭਰਨ ਕਿ ਤੁਸੀਂ ਇਹ ਕਰ ਸਕਦੇ ਹੋ ਜਿਸ ਤਰ੍ਹਾਂ ਅਸੀਂ ਕਰ ਰਹੇ ਆ ਨਾ ਜਿਸ ਤਰ੍ਹਾਂ ਅਸੀਂ ਪ੍ਰਬੰਧ ਸੰਭਾਲ ਰਹੇ ਹਾਂ ਤੁਸੀਂ ਵੀ ਕਰ ਸਕਦੇ ਹੋ ਜੇ ਅਸੀਂ ਉਹਨਾਂ ਨੂੰ ਆਉਣ ਤੋਂ ਪਹਿਲਾਂ ਹੀ ਕਹਿ ਸਕਦਾ ਵੀ ਨਹੀਂ 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 ਕਾਕਾ ਤੁਹਾਡੇ ਵਸਦਾ ਨਹੀਂ ਹੈ ਤੁਸੀਂ ਨਹੀਂ ਤੁਸੀਂ ਪ੍ਰਧਾਨ ਨਹੀਂ ਬਣ ਸਕਦੇ ਤੁਸੀਂ ਮੈਨੇਜਮੈਂਟ ਦੇ ਵਿੱਚ ਕੁਝ ਹੋਰ ਅਹੁਦਾ ਨਹੀਂ ਲੈ ਸਕਦੇ ਇਹਦੇ ਨਾਲ ਫਿਰ ਉਹ ਜਿਹੜੇ ਬੱਚੇ ਆਉਣ ਨੂੰ ਤਿਆਰ ਨੇ ਨੌਜਵਾਨ ਜੰਗ ਉਹ ਕੋਈ ਉਹ ਫਿਰ ਉਹਨਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ ਅਕਸਰ ਵਿਖਿਆ ਜਾ ਰਿਹਾ ਸਮੇਂ ਦੇ ਅਨੁਸਾਰ ਬਹੁਤ ਕੁਝ ਚੇਂਜਸ ਆ ਰਹੀਆਂ ਨੇ ਜੀ ਅੱਜ ਦੇ ਹਾਲਾਤ ਕੁਝ ਹੋਰ ਮੰਗ ਰਹੇ ਨੇ ਸੰਗਤ ਕੁਝ ਹੋਰ ਮੰਗ ਰਹੀ ਆ ਪ੍ਰਬੰਧਕ ਕੁਝ ਹੋਰ ਕਹਿਣਾ ਚਾਹੁੰਦੇ ਨੇ ਆਪਸੀ ਤਾਲਮਿਲ ਦੀ ਘਾਟ ਕਾਰਨ ਸ਼ਾਇਦ ਤਾਂ ਹੀ ਨਹੀਂ ਸਾਰਤਕ ਨਹੀਂ ਤੇ ਜੇ ਸਾਡੇ ਇਤਿਹਾਸਕ ਸਮਾਗਮਾਂ ਦੇ ਵਿੱਚੋਂ ਨਿਕਲ ਕੇ ਆ ਰਹੇ ਜੀ ਇਹ ਬਿਲਕੁਲ ਆਪ ਜੀ ਦੇ ਸਹੀ ਜਿਹੜਾ ਹੈਗਾ ਸਵਾਲ ਹੈ ਕਿਉਂਕਿ ਜਿਹੜੀ ਨੌਜਵਾਨੀ ਦੀ ਸੋਚ ਹੈ ਉਹ ਜਿਹੜਾ ਮੌਜੂਦਾ ਪ੍ਰਬੰਧ ਦੇ ਨਾਲ ਮੇਲ ਨਹੀਂ ਖਾਂਦੀ ਮੇਲ ਨਹੀਂ ਖਾਂਦੀ ਕਿਤੇ ਨਾ ਕਿਤੇ ਜਨਰੇਸ਼ਨ ਗੈਪ ਵੀ ਕਹਿ ਸਕਦੇ ਆ ਹਾਂ ਜਨਰੇਸ਼ਨ ਗੈਪ ਕਹਿ ਸਕਦੇ ਆ ਉਹਦਾ ਕਾਰਨ ਇਹੀ ਆ ਕਿ ਨੌਜਵਾਨ ਜਿਹੜਾ ਅਜੋਕੇ ਸਮੇਂ ਦੇ ਮੁਤਾਬਕ ਜਿਹੜਾ ਪ੍ਰਚਾਰਕ ਢੰਗ ਜਾਂ ਗੁਰਦੁਆਰੇ ਦਾ ਜਿਹੜਾ ਰੂਪਰੇਖਾ ਢੰਗ ਹੈਗਾ ਉਹ ਜੋ ਕੇ ਸਮੇਂ ਦੇ ਮੁਤਾਬਕ ਚਾਹੁੰਦਾ ਹੈ ਤੇ ਜਿਹੜੀਆਂ ਸਾਡੇ ਜਿਹੜੇ ਪ੍ਰਬੰਧਕ ਢਾਂਚੇ ਆ ਉਹ ਇਸ ਗੱਲ ਨੂੰ ਫਾਲੋ ਨਹੀਂ ਕਰਦੇ ਇਸ ਗੱਲ ਤੇ ਗੌਰ ਨਹੀਂ ਫਰਮਾਉਂਦੇ ਜਿਸ ਦੇ ਕਾਰਨ ਕਰਕੇ ਸਾਡਾ ਜਿਹੜਾ ਨੌਜਵਾਨ ਹੈ ਉਹ ਦੂਰ ਜਾ ਰਿਹਾ ਹੈ ਦੂਰ ਜਾਣ ਦਾ ਕੁਝ ਕਾਰਨ ਇਹ ਵੀ ਆ ਨੌਜਵਾਨਾਂ ਦਾ ਜਿਸ ਤਰ੍ਹਾਂ ਕਿ ਜਿੱਥੇ ਅਸੀਂ ਇਸ ਗੱਲ ਨੂੰ ਆਪਣਾ ਦੇਖ ਰਹੇ ਆ ਵਿਚਾਰ ਰਹੇ ਆ ਕਿ ਜਿਹੜਾ ਨੌਜਵਾਨ ਆ ਉਹ ਪ੍ਰਬੰਧਕੀ ਢਾਂਚੇ ਵਿੱਚ ਆਉਣਾ ਚਾਹੁੰਦਾ ਪਰ ਉਹਨਾਂ ਦਾ ਆਪਸੀ ਸਮੇਲ ਨਹੀਂ ਹੋ ਪਾਉਂਦਾ ਪਰ ਕਿਤੇ ਨਾ ਕਿਤੇ ਜਿਹੜਾ ਨੌਜਵਾਨਾਂ ਦਾ ਇਹ ਹੈ ਵੀ ਨੌਜਵਾਨ ਜਿਹੜਾ ਖਿਆਲ ਦੀ ਚੱਕਾ ਚਾਹੁੰਣ ਦੇ ਵਿੱਚ ਜ਼ਿਆਦਾ ਉਲਝਿਆ ਹੋਇਆ ਹੈ ਚੱਕਾ ਚਾਹੁੰਦਾ ਜ਼ਿਆਦਾ ਉਲਝਿਆ ਹੋਣ ਕਰਕੇ ਜਿਹੜੀਆਂ ਗੁਰਮਤਿ ਦੀਆਂ ਮਰਿਆਦਾਵਾਂ ਨੇ ਉਹਨਾਂ ਨੂੰ ਉਹ ਫਾਲੋ ਨਹੀਂ ਕਰ ਰਿਹਾ ਜਾਂ ਉਹਨਾਂ ਨੂੰ ਅਪਣਾ ਨਹੀਂ ਰਿਹਾ ਉਸ ਕਾਰਨ ਕਰਕੇ ਵੀ ਜਿਹੜਾ ਹੈਗਾ ਵੀ ਉਹ ਨੌਜਵਾਨਾਂ ਦਾ ਤੇ ਪ੍ਰਬੰਧਕ ਸ਼੍ਰੇਣੀ ਦਾ ਆਪਸ ਵਿੱਚ ਮੇਲ ਨਹੀਂ ਹੋ ਪਾਉਂਦਾ ਅਕਸਰ ਇੱਕ ਗੱਲ ਕਹੀ ਜਾਂਦੀ ਤੁਸੀਂ ਬਤੌਰ ਮੈਨੇਜਰ ਉਹ ਗੁਰੂ ਘਰ ਦੇ ਵਿੱਚ ਤੁਹਾਡੇ ਕੋਲ ਵੱਡਾ ਇੱਕ ਪ੍ਰਬੰਧ ਤੁਹਾਡੇ ਕੋਲ ਇੱਕ ਨਹੀਂ ਹਜ਼ਾਰਾਂ ਨੌਜਵਾਨ ਆਉਂਦੇ ਹੋਣੇ ਭਾਈ ਸਾਹਿਬ ਜੀ ਐਵੇਂ ਨਹੀਂ ਐਵੇਂ ਕਰੋ ਐਵੇਂ ਨਹੀਂ ਐਵੇਂ ਕਰਨਾ ਚਾਹੀਦਾ ਜੀ ਜੀ ਬਤੌਰ ਮੈਨੇਜਰ ਹੋਣ ਦੇ ਨਾਤੇ ਕਦੀ ਤੁਹਾਡਾ ਚਿੱਤ ਨਹੀਂ ਕੀਤਾ ਕਿ ਨੌਜਵਾਨ ਗੱਲ ਬਿਲਕੁਲ ਸਹੀ ਕਰ ਰਿਹਾ ਹੈ ਪਰੰਤੂ ਸਾਨੂੰ ਸਮਾਂ ਤੇ ਸਾਨੂੰ ਸਥਾਨ ਇਸ ਕਰਨ ਦੇ ਵਿੱਚ ਆਗਿਆ ਨਹੀਂ ਦਿੰਦਾ ਨਹੀਂ ਨਹੀਂ ਜੀ ਮੈਂ ਹਾਂ ਮੇਰੇ ਕੋਲੇ ਯੰਗ ਆਉਂਦੇ ਨੇ ਮੇਰੇ ਹਮ ਉਮਰ ਆਉਂਦੇ ਨੇ ਤੇ ਅਸੀਂ ਉਹਨਾਂ ਦੀ ਫੀਲਿੰਗਸ ਦੀ ਕਦਰ ਕਰਦੇ ਹਾਂ ਪੂਰੀ ਜੋ ਉਹ ਵਿਊਜ਼ ਦਿੰਦੇ ਨੇ ਆਪਣੇ ਮੈਂ ਉਹਨਾਂ ਦੇ ਪੂਰੀ ਤਰ੍ਹਾਂ ਉਹਨਾਂ ਨੂੰ 100% ਉਹਨਾਂ ਨੂੰ ਸਹੀ ਕਹਿ ਕੇ ਔਰ ਅੱਗੇ ਮੇਰੀ ਮੈਨੇਜਮੈਂਟ ਨਾਲ ਗੱਲ ਕਰਕੇ ਵੀ ਇਹ ਇਦਾਂ ਕਹਿ ਰਹੇ ਨੇ ਜੀ ਇਹਨੂੰ ਸਾਨੂੰ ਜੇ ਅਸੀਂ ਇਹਨੂੰ ਫੋਲੋ ਕਰਾਂਗੇ ਇਸਨੂੰ ਅਸੀਂ ਪ੍ਰਬੰਧ ਵਿੱਚ ਲਾਗੂ ਕਰਾਂਗੇ ਤਾਂ ਸਾਡੀ ਸੰਗਤ ਵੀ ਸ਼ੋਭਾ ਕਰੇਗੀ ਅਕਸਰ ਕੀ ਜਾਂਦਾ ਹੈ ਅਕਸਰ ਕਿਹਾ ਜਾਂਦਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੀ ਰੂਪਰੇਖਾ ਉਲਿੱਕੀ ਜਾ ਰਹੀ ਹੈ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਲੈ ਕੇ ਇਹ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ ਚੇਂਜ ਨਹੀਂ ਕੀਤੀ ਜਾ ਰਹੀ ਕਥਾ ਵੀ ਕੀਤੀ ਜਾ ਰਹੀ ਹੈ ਕੀਰਤਨ ਵੀ ਕੀਤਾ ਜਾ ਰਿਹਾ ਪਰੰਤੂ ਨਤੀਜਾ ਸਾਡੇ ਸਾਹਮਣੇ ਨਹੀਂ ਆ ਰਿਹਾ ਪ੍ਰਬੰਧਕ ਵੀ ਚਿੰਤਤ ਨੇ ਇਸ ਗੱਲ ਨੂੰ ਤਾਂ ਲੈ ਕੇ ਹਾਂ ਬਿਲਕੁਲ ਚਿੰਤਤ ਹੈ ਜੀ ਬਿਲਕੁਲ ਚਿੰਤਤ ਹੈ ਹੁਣ ਗੁਰ ਸਮਾਗਮ ਤੁਸੀਂ ਵੀ ਦੇਖਦੇ ਹੋ بڑے ਸਮਾਗਮ ਮਨਾਏ ਜਾਂਦੇ ਨੇ ਹਰ ਰੋਜ਼ ਸਮਾਗਮ ਵਕ ਵਕ ਥਾਵੇਂ ਤੇ ਹੁੰਦੇ ਨੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਮਤਲਬ ਆਉਟਪੁੱਟ ਜੋ ਹੈ ਉਹ ਨਹੀਂ ਨਿਕਲ ਉਹ ਨਿਕਲ ਕੇ ਨਹੀਂ ਸਾਹਮਣੇ ਨਹੀਂ ਆ ਰਹੀ ਸਮਾਗਮ ਦੀ ਆਉਟਪੁੱਟ ਕੀ ਹੈ ਜੀ ਅਸੀਂ ਲੱਖਾਂ ਰੁਪਏ ਸਮਾਗਮਾਂ ਤੇ ਖਰਚੇ ਨੇ ਜੀ ਖਰਚ ਚੁੱਕੇ ਹਾਂ ਆਉਣ ਵਾਲੇ ਸਵਾਗਤ ਤੇ ਵੀ ਖਰਚਣੇ ਨੇ ਵੱਡੇ ਜਥੇ ਕੀਰਤਨ ਜਥੇ ਕਥਾਵਾਚਕ ਪੰਥ ਪ੍ਰਸਿੱਧ ਜਥਿਆਂ ਕੋਲ ਅਸੀਂ ਸਵਾਮਾਂ ਲੈਣੇ ਆ ਬਹੁਤਾਂ ਬੇਸ਼ਮਾਰ ਮਤਲਬ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵਾਸਤੇ ਲੰਗਰ ਤਿਆਰ ਕੀਤੇ ਜਾਂਦੇ ਨੇ ਬੜੇ ਹੋਰ ਪ੍ਰਬੰਧ ਕੀਤੇ ਜਾਂਦੇ ਨੇ ਤੇ ਉਹ ਹੈ ਕਿ ਸਮਾਗਮ ਤੋਂ ਬਾਅਦ ਸਭ ਕੁਝ ਬਸ ਇੱਕਦਮ ਸ਼ਾਂਤ ਮਾਹੌਲ ਹੋ ਜਾਂਦਾ ਜੋ ਐਕਚੁਅਲ ਰਿਜ਼ਲਟ ਹੋਣੇ ਚਾਹੀਦੇ ਨੇ ਉਹ ਚੇਂਜਸ ਆਉਣੇ ਚਾਹੀਦੀਆਂ ਜੰਗ ਦੇ ਵਿੱਚ ਯੂਥ ਦੇ ਵਿੱਚ ਜੋ ਚੇਂਜਸ ਆਉਣੇ ਚਾਹੀਦੀਆਂ ਨੇ ਉਹ ਗੁਰਸਿੱਖੀ ਵੱਲ ਪ੍ਰੇਰਿਤ ਹੋਣੇ ਚਾਹੀਦੇ ਨੇ ਉਹਨਾਂ ਦਾ ਗੁਰਮਤ ਦੇ ਧਾਰਨੀ ਹੋਣੇ ਚਾਹੀਦੇ ਨੇ ਉਹ ਉਹਨਾਂ ਦਾ ਫੇਥ ਵਧਣਾ ਚਾਹੀਦਾ ਹੈ ਗੁਰੂ ਘਰ ਤੇ ਸ਼ਰਧਾ ਵਧਣੀ ਚਾਹੀਦੀ ਹੈ ਉਹ ਉਹ ਫਿਰ ਉੱਥੇ ਆ ਕੇ ਅਟਕ ਜਾਂਦੀ ਹੈ ਗੱਲ ਕੀ ਨੂੰ ਕਸੂਰਵਾਰ ਸਮਝਦੇ ਹੋ? ਕੌਣ ਹੈ ਜ਼ਿੰਮੇਵਾਰ? ਪ੍ਰਬੰਧਕ, ਨੌਜਵਾਨ ਜਾਂ ਮੌਜੂਦਾ ਸਮੇਂ ਉੱਥੇ ਵਿਚਰਨ ਵਾਲੀ ਸੰਗਤ? ਜਿਹੜੇ ਦੇਖੋ ਜੀ ਆਪਾਂ ਕਸੂਰਵਾਰ ਹੈ। ਜਿਹੜਾ ਬਹਤਾਰ ਦੇ ਵਿੱਚ ਜਿਹੜਾ ਹੈਗਾ ਪ੍ਰਬੰਧਕ ਵੀ ਕਸੂਰਵਾਰ ਹੈਗੇ ਨੇ ਕਿਉਂਕਿ ਉਹ ਜਿਹੜਾ ਹੈ ਸਮੇਂ ਦੇ ਮੁਤਾਬਕ ਜਿਹੜੀ ਚੇਂਜ ਹੈ, ਸਮੇਂ ਦੇ ਮੁਤਾਬਕ ਜਿਹੜੇ ਪ੍ਰੋਗਰਾਮ ਆ, ਸਮੇਂ ਦੇ ਮੁਤਾਬਕ ਨੌਜਵਾਨਾਂ ਦੀਆਂ ਫੀਲਿੰਗ ਨੇ, ਸਮੇਂ ਦੇ ਮੁਤਾਬਕ ਜਿਹੜਾ ਹੈ ਉਹਨਾਂ ਨੂੰ ਸਾਨੂੰ ਬਦਲਾਅ ਦੀ ਜ਼ਰੂਰਤ ਹੈ। ਔਰ ਕਿਤਨਾ ਕਿਤੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਸਾਰੇ ਹੀ ਪ੍ਰਬੰਧਕ ਜਿਹੜੇ ਨੇ ਉਹ ਜ਼ਿੰਮੇਵਾਰ ਜੇ ਸਾਰੇ ਹੀ ਪ੍ਰਬੰਧਕ ਜਿਹੜੇ ਨੇ ਜਾਂ ਇਸ ਦੇ ਲਈ ਜ਼ਿੰਮੇਵਾਰ ਹੈ ਬਹੁਤ ਸਾਰੇ ਪ੍ਰਬੰਧਕ ਜਿਹੜੇ ਨੇ ਜਿੱਥੇ ਯੂਥ ਅੱਜ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਬਣੀਆਂ ਹੋਈਆਂ ਜਿਹੜਾ ਸਾਡਾ ਨੌਜਵਾਨ ਪ੍ਰਬੰਧਕੀ ਢਾਂਚਾ ਉਹਨਾਂ ਨੇ ਆਪਣੀਆਂ ਸੁਸਾਇਟੀਆਂ ਬਣਾਈਆਂ ਹੋਈਆਂ ਆਪਣੇ ਕਲੱਬ ਬਣਾਏ ਹੋਏ ਨੇ ਤਾਂ ਉਹ ਇਸ ਤਰ੍ਹਾਂ ਹੈ ਬੀ ਸਾਰੇ ਪ੍ਰਬੰਧਕ ਇਹਦੇ ਵਿੱਚ ਆਪਾਂ ਇੱਕ ਹੀ ਲਾਈਨ ਤੇ ਨਹੀਂ ਖੜੇ ਕਰ ਸਕਦੇ ਬਹੁਤ ਸਾਰੇ ਪ੍ਰਬੰਧਕ ਜਿਹੜੇ ਨੇ ਬਹੁਤ ਜਿਹੜੇ ਪ੍ਰਬੰਧਕ ਜਿਹੜੇ ਬਹੁਤ ਪੰਥ ਦੀ ਅਗਵਾਈ ਵਾਸਤੇ ਨੌਜਵਾਨਾਂ ਨੂੰ ਤਤਪਰ ਲਈ ਤਿਆਰ ਕਰ ਰਹੇ ਨੇ ਬਿਲਕੁਲ ਉਹਨਾਂ ਨੂੰ ਅੱਗੇ ਵਧਾ ਰਹੇ ਨੇ ਅੱਗੇ ਆਪਣੇ ਸਮਾਂ ਦੇਰੇ ਵੀ ਅਸੀਂ ਭਾਈ ਇੱਥੋਂ ਜਾਣਾ ਤੇ ਤੁਸੀਂ ਅੱਗੇ ਆ ਕੇ ਸਾਰੇ ਆਪਣੀ ਵਾਕਡੋਰੀ ਸਾਹਮਣੀ ਹੈ ਉਹਨਾਂ ਨੂੰ ਤੇ ਦੂਸਰੇ ਨੰਬਰ ਤੇ ਜਿਹੜੇ ਨੌਜਵਾਨ ਵੀ ਖੁਦ ਕੁਛ ਨਾ ਕੁਛ ਜਿਹੜੇ ਹੈਗੇ ਉਹ ਆਪਣੇ ਆਪ ਦਾ ਜ਼ਿੰਮੇਵਾਰ ਹੈ ਕਿਉਂਕਿ ਨੌਜਵਾਨ ਜਿਹੜਾ ਹੈ ਉਹ ਗੁਰਬਾਣੀ ਸਭ ਤੋਂ ਪਹਿਲਾਂ ਅਸੀਂ ਗੁਰਮਤ ਸਮਾਗਮਾਂ ਵਿੱਚ ਜਾਂ ਗੁਰਦੁਆਰਾ ਸਾਹਿਬ ਵਿੱਚ ਕਿਉਂ ਜਾਂਦੇ ਆ ਉਹ ਅਸੀਂ ਗੁਰੂ ਸਾਹਿਬ ਤੋਂ ਕੋਲ ਸਿੱਖਣ ਵਾਸਤੇ ਜਾਣ ਜਿਹੜਾ ਅੱਜ ਦਾ ਨੌਜਵਾਨ ਆ ਉਹ ਇੰਟਰਨੈਟ ਨਾਲ ਜੁੜਿਆ ਹੋਇਆ ਇੰਟਰਨੈਟ ਬਹੁਤ ਵਧੀਆ ਸਾਡੇ ਵਾਸਤੇ ਇੱਕ ਜੀਵਨ ਦੀ ਸੁਖ-ਸੁਹੂਤਾ ਹੈ ਪਰ ਉੱਥੇ ਜੇ ਅਸੀਂ 12 1 ਵਜੇ ਤੱਕ 2 ਵਜੇ ਤੱਕ ਇੰਟਰਨੈਟ ਦੇਖ ਰਹੇ ਹਾਂ ਤਾਂ ਅਮਰਤ ਵੇਲਾ ਕਿੱਥੋਂ ਅਸੀਂ ਸਾਂਭ ਸਕਾਂਗੇ ਦੂਸਰੇ ਨੰਬਰ ਤੇ ਜਿਹੜੀਆਂ ਗਲਤ ਚੀਜ਼ਾਂ ਦੇ ਪ੍ਰਭਾਵ ਨੇ ਗਲਤ ਚੀਜ਼ਾਂ ਅਸੀਂ ਜ਼ਿਆਦਾ ਦੇਖਣੀਆਂ ਨੇ ਤੇ ਜਿਹੜੀਆਂ ਸਾਨੂੰ ਸਿੱਖਦਾ ਹੈ ਇੱਕ ਚੀਜ਼ਾਂ ਉਹ ਅਸੀਂ ਨਾ ਤਾਂ ਪੁਸਤਕਾਂ ਪੜ੍ਹਨੀਆਂ ਨਾ ਅਸੀਂ ਸਿੱਖਿਆ ਦਾ ਕੋਈ ਚੀਜ਼ਾਂ ਦੇਖਣੀਆਂ ਨੇ ਫਿਰ ਸਾਨੂੰ ਜਿਸ ਚੀਜ਼ ਵੱਲ ਜਿਸ ਤਰ੍ਹਾਂ ਦਾ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਦਾ ਅਸੀਂ ਪੜ੍ਹ ਰਹੇ ਹਾਂ ਉਸ ਚੀਜ਼ ਵੱਲ ਅਸੀਂ ਪ੍ਰੇਰਿਤ ਜਾ ਰਹੇ ਹਾਂ ਤੇ ਅਸੀਂ ਧਾਰਮਿਕ ਸਮਾਗਮਾਂ ਵਿੱਚ ਜਾਂ ਗੁਰਦੁਆਰਾ ਸਾਹਿਬ ਅਸੀਂ ਤਾਂ ਨਹੀਂ ਜਾ ਰਹੇ ਬਾਕੀ ਅੱਜ ਦੇ ਨੌਜਵਾਨ ਦੇ ਜਿਹੜਾ ਮਨ ਦੇ ਵਿੱਚ ਇਹ ਵੀ ਹੈ ਨਾ ਕਿਤੇ ਨਾ ਕਿਤੇ ਗੁਰੂ ਸਾਹਿਬ ਨੇ ਵੀ ਇਹ ਬਚਨ ਕੀਤੇ ਹੋਏ ਨੇ ਆਪਣੀ ਸਤਿਗੁਰੂ ਦੀ ਬਾਣੀ ਵਿੱਚ ਵੀ ਨੌਜਵਾਨ ਦੇਖਦਾ ਵੀ ਹਰੇ ਆਪਣੇ ਕੋਲੇ ਬਹੁਤ ਸਮਾਂ ਬਹੁਤ ਸਮਾਂ ਹੈਗਾ ਵੀ ਆਲੇ ਤਾਂ ਆਪਾਂ ਜਵਾਨ ਆਪਣਾ ਖਾਣ ਪੀਣ ਦਾ ਟਾਈਮ ਆ ਖਾਣ ਖਸ ਖੇਡਣ ਹੱਸਣ ਦੇ ਦਿਨ ਹੁਣ ਬਜ਼ੁਰਗ ਹੋ ਗਏ ਫਿਰ ਗੁਰਦੁਆਰੇ ਆਪਾਂ ਜਾਣਾ ਫਿਰ ਗੁਰਦੁਆਰੀ ਰਹਿਣਾ ਕਿਤੇ ਨਾ ਕਿਤੇ ਮਾਪਿਆਂ ਦਾ ਵੀ ਕਸੂਰ ਆ ਵੀ ਨੌਜਵਾਨ ਕਿਉਂ ਨਹੀਂ ਆ ਰਿਹਾ ਨੌਜਵਾਨ ਆਉਣ ਦੇ ਰੋਜ਼ ਅਸੀਂ ਬੱਚਾ ਹੁੰਦਾ ਛੋਟਾ ਬੱਚਾ ਹੁੰਦਾ ਤਾਂ ਛੋਟਾ ਬੱਚਾ ਤਾਂ ਹਿਰ ਸਿੰਘ ਦੀ ਹਿਰ ਕਟਿੰਗ ਦੀ ਦੁਕਾਨ ਤੇ ਜਾ ਕੇ ਕਿਤੇ ਆਪਦੇ ਵਾਲ ਨਹੀਂ ਕੱਟ ਕਰਾਉਂਦਾ ਛੋਟੇ ਬੱਚੇ ਨੂੰ ਮਾਪਿਓ ਲੈ ਕੇ ਜਾਂਦਾ ਉਹਦੇ ਕੇਸ ਕਟਲ ਕਰਵਾਉਣ ਵਾਸਤੇ ਤਾਂ ਉਹ ਸਮਾਂ ਪਾ ਕੇ ਉਹ ਵੱਡਾ ਹੋ ਜਾਂਦਾ ਫਿਰ ਅਸੀਂ ਕਹਿੰਨੇ ਤੂੰ ਕੇਸ ਰੱਖ ਪੱਗ ਬੰਨ ਤਸਤਾਰ ਸਜਾ ਗੁਰਦੁਆਰੇ ਜਾ ਚੰਗੀ ਸੰਗਤ ਜਦੋਂ ਸਮਾਂ ਸੀ ਜਦੋਂ ਲੋਟ ਸੀ ਉਦੋਂ ਕਰਵਾਇਆ ਨਹੀਂ ਜਦੋਂ ਅਸੀਂ ਜੇ ਉਹਨੂੰ ਰਾਹ ਹੀ ਜਿਹੜਾ ਪੈਂਡਾ ਉਹਨੂੰ ਉਸ ਤਰ੍ਹਾਂ ਦਾ ਬਣਾ ਦਿੱਤਾ ਫਿਰ ਉਹ ਚੱਲ ਪੈਂਦਾ ਤੇ ਜਦੋਂ ਮਾਪੇ ਜਿਹੜੇ ਆ ਕਿਸ ਘਰ ਵਿੱਚ ਗੁਰਬਾਣੀ ਨਹੀਂ ਪੜ੍ਹੀ ਜਾਂਦੀ ਮਾਪੇ ਗੁਰਦੁਆਰੇ ਖੁਦ ਨਹੀਂ ਜਾ ਰਹੇ ਮਾਪੇ ਖੁਰ ਸਮਾਗਮਾਂ ਵਿੱਚ ਮਸ਼ਮੂਲੀਅਤ ਨਹੀਂ ਕਰ ਰਹੇ ਤਾਂ ਉਹਨਾਂ ਦੇ ਬੱਚੇ ਉਹਨਾਂ ਨੂੰ ਦੇਖਦੇ ਆ ਵੀ ਮੇਰਾ ਮਾਤਾ ਪਿਤਾ ਜਾ ਹੀ ਨਹੀਂ ਰਿਹਾ ਤੇ ਫਿਰ ਕਿਵੇਂ ਜਾਣਗੇ ਬਿਲਕੁਲ ਠੜਕਾ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਦ ਸੰਗਤ ਜ ਸਾਰੇ ਆਪਸੀ ਅਸਿਕ ਧਈਆ ਕਰ ਲਈਏ ਇੱਕ ਪ੍ਰਣ ਕਰੀਏ ਭਾਵੇਂ ਪ੍ਰਬੰਧਕ ਨੇ ਭਾਵੇਂ ਗੁਰੂ ਘਰ ਵਿੱਚ ਆਉਣ ਵਾਲੇ ਲੰਗਰ ਦੀ ਸੇਵਾ ਕਰਨ ਵਾਲੇ ਜੋਸ਼ ਦੇ ਤੌਰ ਤੇ ਵਿਚਨ ਵਾਲੇ ਨੌਜਵਾਨ ਨੇ ਤੇ ਭਾਵੇਂ ਉਹ ਸੰਗਤ ਹੈ ਜਦੋਂ ਇਕੱਠੇ ਰਲ ਕੇ ਕੋਈ ਕਾਰਜ ਕਰਾਂਗੇ ਤੇ ਕੌਮ ਦੀ ਚੜ੍ਹਦੀ ਕਲਾ ਦੇ ਸਾਰਤਕ ਨਤੀਜੇ ਸਾਡੇ ਸਾਹਮਣੇ ਆਣਗੇ ਮੈਂ ਭਾਈ ਸਾਹਿਬ ਤੁਹਾਡੇ ਵੱਲ ਆਵਾਂ ਗਰਮਜੀਤ ਸਿੰਘ ਜੀ ਜੀ ਸਰ ਜਦੋਂ ਕਿਹਾ ਜਾਂਦਾ ਹੈ ਕਿ ਨੌਜਵਾਨ ਅੱਗੇ ਆ ਰਹੇ ਨੇ ਮੁਬਾਰਕਬਾਦ ਹੈ ਪ੍ਰਬੰਧਕ ਜਿਹੜੇ ਨੌਜਵਾਨਾਂ ਨੂੰ ਖਿੱਚ ਕੇ ਗਲਵੱਕੜੀ ਚ ਲੈ ਜਾਂਦੇ ਨੇ ਕਹਿੰਦੇ ਆ ਕੇ ਸਟੇ ਸਾਂਭੋ ਆ ਕੇ ਪ੍ਰਬੰਧ ਸਾਂਭੋ ਬਿਲਕੁਲ ਉੱਥੇ ਕਿਤੇ ਨ ਕਿਤੇ ਨੌਜਵਾਨ ਵੀ ਅੰਗਹਿਲੀ ਕਰ ਜਾਂਦੇ ਨੇ ਸਾਡੇ ਕੋਲ ਕਾਰਜ ਨਹੀਂ ਕੀਤਾ ਜਾਂਦਾ ਤੁਸੀਂ ਸਾਂਭੋ ਤੁਹਾਨੂੰ ਇਹ ਸੇਵਾ ਮੁਬਾਰਕ ਹੈ ਉੱਥੇ ਕਿਵਰ ਕਿਵੇਂ ਆਪਸੀ ਮਤਭੇਦ ਖਤਮ ਕਰਕੇ ਨੌਜਵਾਨਾਂ ਨੂੰ ਜ਼ਬਰਦਸਤ ਪ੍ਰਬੰਧ ਦਿੱਤਾ ਜਾਂਦਾ ਬਿਲਕੁਲ ਤੁਹਾਡਾ ਸਵਾਲ ਬੜਾ ਸੋਹਣਾ ਜੀ ਨੌਜਵਾਨ ਵੀ ਆਪਣੇ ਆਪ ਨੂੰ ਐਬਲ ਬਣਾਉਣ ਆਪਣੇ ਆਪ ਨੂੰ ਉਸ ਯੋਗ ਬਣਾਉਣ ਕਿ ਜੋ ਪ੍ਰਬੰਧ ਮੌਜੂਦਾ ਹੱਥਾਂ ਵਿੱਚ ਹੈ ਬਜ਼ੁਰਗਾਂ ਕੋਲ ਹੈ ਸਤਕਾਰਯੋਗ ਬਜ਼ੁਰਗਾਂ ਕੋਲ ਹੈ ਪਹਿਲੀ ਗੱਲ ਇਹ ਪ੍ਰਬੰਧ ਗੁਰਮਤਿ ਦੀ ਕਸਵੱਟੀ ਤੇ ਸਾਰਾ ਖਰਾ ਉਤਰਦਾ ਖਰਾ ਉਤਰਦਾ ਹੋਵੇ ਔਰ ਜਿਸ ਅਸੀਂ ਨੌਜਵਾਨ ਨੂੰ ਪ੍ਰਬੰਧ ਸੌਂਪਣਾ ਚਾਹੁੰਦੇ ਆ ਉਹ ਉਸ ਪ੍ਰਬੰਧ ਦੇ ਯੋਗ ਹੋਵੇ ਉਹਨੂੰ ਗੁਰਮਤਿ ਸੋਝੀ ਹੋਵੇ ਬਾਹਰੀ ਦਿੱਖ ਤੋਂ ਵੀ ਯੋਗ ਹੋਵੇ ਉਹ ਇਟਰਨਲ ਤੌਰ ਤੇ ਵੀ ਉਹ ਸਮਰੱਥ ਹੋਵੇ ਮਤਲਬ ਹੁਣ ਸਪੋਜ਼ ਕਰੋ ਫੋਰ ਐਗਜ਼ਾਮਪਲ ਤੁਸੀਂ ਕਿਸੇ ਨੌਜਵਾਨ ਮੁੰਡੇ ਨੂੰ ਪ੍ਰਧਾਨ ਬਣਾਤਾ ਗੁਰਦੁਆਰਾ ਸਾਹਿਬ ਦਾ ਤੇ ਉਹਦੇ ਵਾਸਤੇ ਉਹ ਪ੍ਰਧਾਨਗੀ ਚਲਾਉਣ ਵਾਸਤੇ ਇੱਕ ਤੇ ਦਿਖ ਚਾਹੀਦੀ ਹੈ ਦਿਖ ਵੀ ਹੋਵੇ ਚਲੋ ਪਹਿਲਾ ਜਿਹੜਾ ਫਸਟ ਇਮਪ੍ਰੈਸ਼ਨ ਪੈਂਦਾ ਉਹ ਉਹ ਪਰਸਨੈਲਿਟੀ ਹੋਵੇ ਗੁਰਮਤ ਦਾ ਧਾਰਨੀ ਹੋਵੇ ਗੁਰਮਤ ਦਾ ਧਾਰਨੀ ਹੋਵੇ ਗੁਰਮਤ ਪ੍ਰੈਕਟੀਕਲੀ ਲਾਈਫ ਹੋਵੇ ਮਤਲਬ ਪ੍ਰੈਕਟੀਕਲੀ ਲਾਈਫ ਹੋਵੇ ਗੁਰਮਤ ਦੇ ਵਿੱਚ ਬਿਲਕੁਲ ਉਹ ਹੋਣੀ ਜ਼ਰੂਰੀ ਹੈ ਸ਼ਾਇਦ ਜੇਕਰ ਨੌਜਵਾਨ ਜੋ ਗੁਰਮਤਿ ਧਾਰਨੀ ਨੇ ਪੰਜ ਕਕਾਰਾਂ ਦੀ ਵਰਤੀ ਧਾਰਨ ਕੀਤੀ ਹੈ ਜੋ ਅੰਤਰੀ ਤੌਰ ਤੇ ਵੀ ਗੁਰੂ ਨਾਲ ਜੁੜੇ ਨੇ ਸਮਰਪਤ ਨੇ ਸ਼ਾਇਦ ਉਹਨਾਂ ਨੂੰ ਦੇਖ ਕੇ ਕੋਈ ਨੌਜਵਾਨ ਚੇਂਜ ਆ ਜਾਂ ਸੰਗਤ ਚੇਂਜ ਆ ਜਾਏ ਹਾਂ ਬਿਲਕੁਲ ਚੇਂਜ ਆਉਂਦਾ ਜੀ ਜਦੋਂ ਬੜੀ ਅਸੀਂ ਤਦਾਦ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਦੇਖਦੇ ਹਾਂ ਜਦੋਂ ਸਾਡੇ ਗੁਰਸਿੱਖ ਭਰਾ ਵੀਰ ਮੇਰੇ ਧਮਾਲੇ ਬਣ ਕੇ ਜਾਂਦੇ ਨੇ ਵਿਚਰਦੇ ਨੇ ਤੇ ਉਹਨਾਂ ਨੂੰ ਦੇਖ ਕੇ ਡੈਫੀਨੇਟਲੀ ਦੂਸਰਿਆਂ ਦੇ ਮਨ ਵਿੱਚ ਵੀ ਚਾਹ ਆਉਂਦਾ ਵੀ ਅਸੀਂ ਵੀ ਇਦਾਂ ਦੇ ਹੋਈਏ ਕਿਉਂਕਿ ਜੋ ਗੁਰੂ ਸਾਹਿਬ ਨੇ ਸਾਨੂੰ ਬਾਣਾ ਦਿੱਤਾ ਹੈ ਜੋ ਸਸਰਤਾਰੀ ਬਣਾਇਆ ਖਾਲਸਾ ਤੇ ਉਹਦੀ ਤੇ ਦਿੱਖ ਵੱਖਰੀ ਹੈ ਉਹ ਉਹਨੂੰ ਦੇਖ ਕੇ ਪੂਰੇ ਬਾਣੇ ਦੇ ਵਿੱਚ ਦੇਖ ਕੇ ਬਾਕੀਆਂ ਨੂੰ ਵੀ ਮਨ ਵਿੱਚ ਖਿਆਲ ਤੇ ਆਉਂਦਾ ਹੈ ਵੀ ਅਸੀਂ ਵੀ ਇਹਨਾਂ ਵਰਗੇ ਹੋਈਏ ਹੈ ਨਾ ਤੇ ਪ੍ਰਬੰਧਕੀ ਤੌਰ ਦੀ ਜੇ ਅਸੀਂ ਗੱਲ ਕਰੀਏ ਨਾ ਤੇ ਪ੍ਰਬੰਧਕੀ ਵਾਸਤੇ ਉਸ ਤਰ੍ਹਾਂ ਦੇ ਮਤਲਬ بڑا ਇਹ ਪ੍ਰਬੰਧ ਸੰਭਾਲਣੇ ਨਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਵੀ ਜੀ ਜ਼ਿੰਮੇਵਾਰੀ ਹੈ ਅਸੀਂ ਤੁਸੀਂ ਗੱਲ ਕੀਤੀ ਸੀ ਵੀ ਬਜ਼ੁਰਗਾਂ ਦੇ ਸਮੇਲ ਤੋਂ ਬਿਨਾਂ ਤੇ ਇਹ ਇਹ ਪ੍ਰਬੰਧ ਨੌਜਵਾਨਾਂ ਦੇ ਹੱਥ ਵਿੱਚ ਜੱਕ ਦਾ ਮਸੀ ਜੱਕ ਲਖਤ ਦੇ ਦिए ਨਾ ਤਾਂ ਉਹਦੇ ਅਸੀਂ ਉਹ ਫਿਰ ਸਾਨੂੰ ਨਤੀਜੇ ਸਾਡੇ ਉਹਦੇ ਨਤੀਜੇ ਸਾਡੇ ਕੋਲੇ ਪੋਜੀਟਿਵ ਨਹੀਂ ਆਉਣੇ ਕਿਉਂਕਿ ਤੁਸੀਂ ਪ੍ਰਾਤਨ ਸਮੇਂ ਤੋਂ ਵੀ ਦੇਖਿਆ ਹੈ ਕਿ ਬੁੱਢਾ ਦਲ ਤੇ ਤਰਨਾ ਦਲ ਕੀ ਬਾਤ ਹੈ ਬਹੁਤ ਖੂਬ ਇਤਿਹਾਸਿਕ ਤੱਥ ਹੈ ਸਾਡਾ ਦੋਨਾਂ ਦਾ ਆਪਸੀ ਸੁਮੇਲ ਰਿਹਾ ਹੈ ਪੂਰਾ ਬਿਲਕੁਲ ਜਿੱਥੇ ਕਿਤੇ ਬਜ਼ੁਰਗਾਂ ਦੀ ਗੱਲ ਆਈ ਹੈ ਤੋ ਜੇ ਕਿਤੇ ਖਾਲਸਾ ਜਦੋਂ ਵਕਤ ਕੋੜੇ ਨੇ ਇਕਾਠੀਆਂ ਤੇ ਸੀਗੇ ਖਾਲਸਾ ਪੰਥ ਵਿਖੜੇ ਪੈਣਾ ਜੋ ਲੰਘ ਰਿਆ ਸੀ ਨਾ ਘਰ-ਬਾਰ ਕੋੜਿਆਂ ਦੀਆਂ ਇਕਾਠੀਆਂ ਤੇ ਸੀਗੇ ਉਸ ਵਕਤ ਜੇ ਉਹਦੋਂ ਵੀ ਬੁੱਢਾ ਦਲ ਨੇ ਉਹਦੋਂ ਵੀ ਬੁੱਢਾ ਦਲ ਦਾ ਵੀ ਸਾਥ ਪੂਰਾ ਰਿਹਾ ਔਰ ਤਰਨਾ ਦਲ ਦੇ ਵਿੱਚ ਯੂਥ ਨੇ ਅੱਗੇ ਹੋ ਕੇ ਜੋ ਯੂਥ ਦੇ ਕਰਨ ਵਾਲੇ ਕੰਮ ਸੀਗੇ ਜੰਗਾਂ ਯੁੱਧਾਂ ਦੇ ਵਿੱਚ ਹਿੱਸਾ ਲੈਣਾ ਜੋ ਹੋਰ ਮਤਲਬ ਹਲਾ ਹਲਾਸ਼ੇਰੀ ਵਾਲੇ ਕੰਮ ਸੀ ਜਿਹੜੇ ਜੰਗ ਬਲੱਡ ਜਿਹੜਾ ਕਰ ਸਕਦਾ ਸੀਗਾ ਉਹ ਆਪਣੇ ਉਹਦੇ ਉੱਤੇ ਪੂਰਾ ਉਹਨਾਂ ਨੇ ਡਟ ਕੇ ਪਹਿਰਾ ਦਿੱਤਾ ਪਰ ਉਹ ਤਾਂ ਹੀ ਪੋਸੀਬਲ ਹੋ ਸਕਿਆ ਜੇ ਪਿੱਛੇ ਜੇ ਪਿੱਛੇ ਬੁੱਢਾ ਦਲ ਦੀ سپورਟ ਸੀਗੀ ਉਹਨਾਂ ਦੀ ਯੋਗ ਅਗਵਾਈ ਸੀਗੀ ਉਹਨਾਂ ਦਾ ਤਜਰਬਾ ਸੀਗਾ ਇਸ ਕਰਕੇ ਅਸੀਂ ਬਜ਼ੁਰਗਾਂ ਦੇ ਤਜਰਬੇ ਨੂੰ ਅ ਅੱਖੋਂ ਪਰੋਖੇ ਨਹੀਂ ਕਰ ਸਕਦੇ ਗੁਰਪ੍ਰੀਤ ਸਿੰਘ ਜੀ ਨੇ ਇਹਨਾਂ ਨੇ ਗੱਲ ਕੀਤੀ ਆ ਉਹ ਇਤਿਹਾਸਕ ਹਵਾਲਾ ਦੇ ਕੇ ਬੁੱਢਾ ਦਲ ਤੇ ਧਰਨਾ ਦਲ ਦੀ ਸੱਚਮੁੱਚ ਜੋਸ਼ ਅਤੇ ਹੌਸਲੇ ਨਾਲ ਅੱਗੇ ਚੱਲਾਂਗੇ ਕੌਮ ਨੇ ਸਾਰਥਕ ਨਤੀਜੇ ਸਾਡੇ ਸਾਹਮਣੇ ਰੱਖੇ ਨੇ ਸਾਡਾ ਇਤਿਹਾਸ ਬੋਲਦਾ ਜੀ ਮੌਜੂਦਾ ਸਮੇਂ ਨੌਜਵਾਨਾਂ ਵਾਲੀ ਵੀ ਵੇਖ ਲਿਆ ਮੌਜੂਦਾ ਸਮੇਂ ਉਹਨਾਂ ਬਜ਼ੁਰਗਾਂ ਵਾਲੀ ਵੀ ਵੇਖ ਲਿਆ ਜਿਨ੍ਹਾਂ ਦੇ ਕੋਲ ਕੌਮ ਦੀ ਯੋਗ ਅਗਵਾਈ ਆਈ ਹੈ ਅੱਜ ਦੇ ਹਾਲਾਤ ਹੋਰ ਕੁਝ ਕਹਿੰਦੇ ਨੇ ਅੱਜ ਦੇ ਹਾਲਾਤ ਪ੍ਰਬੰਧਕ ਛੇਣੀ ਵਾਲ ਵੀ ਉਂਗਲ ਕਰ ਲੈਂਦੇ ਨੇ ਨੌਜਵਾਨਾਂ ਵਾਲ ਵੀ ਉਂਗਲ ਕਰ ਲੈਂਦੇ ਨੇ ਤੇ ਦੂਜੇ ਪਾਸੇ ਅਸੀਂ ਨਾਰੇ ਵੀ ਬੜੇ ਲਗਾਉਂਦੇ ਆ ਨੌਜਵਾਨ ਕੌਮ ਦਾ ਸਰਮਾਇਆ ਇੱਕ ਨੀ ਅਨੇਕਾਂ ਇਤਿਹਾਸਕ ਸਮਾਗਮ ਵੀ ਹੋ ਰਹੇ ਨੇ ਨੌਜਵਾਨਾਂ ਵਿੱਚ ਬਤਲਾਵ ਆ ਰਿਹਾ ਹੈ ਪੰਜਾਬ ਦੇ ਵਿੱਚ ਪੱਗ ਦਿਖਣ ਲੱਗ ਗਈ ਹੈ। ਪੰਜਾਬ ਦੇ ਇਲਾਕਿਆਂ 'ਚ ਪੱਗ ਦਾ ਬੇਸ਼ੁਮਾਰ ਜਿਹੜਾ ਸੀਨ ਹੈ ਸਾਡੇ ਸਾਹਮਣੇ ਆ ਰਿਹਾ ਹੈ। ਜੀ ਜੀ। ਕਿਰਦਾਰ ਵੀ ਸਾਡੇ ਸਾਹਮਣੇ ਆ ਰਿਹਾ ਹੈ, ਰਫਤਾਰ ਵੀ ਸਾਡੇ ਸਾਹਮਣੇ ਆ ਰਹੀ ਹੈ, ਗੁਫ਼ਤਾਰ ਵੀ ਸਾਡੇ ਸਾਹਮਣੇ ਆ ਰਹੀ ਹੈ। ਹਮ। ਪਰੰਤੂ ਫਿਰ ਵੀ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਸਾਡੇ ਸਾਹਮਣੇ ਬਣ ਕੇ ਆ ਜਾਂਦਾ ਹੈ ਕਿ ਕੌਮ ਦਾ ਕੀ ਬਣੇਗਾ? ਪ੍ਰਬੰਧਕ ਜ਼ਿੰਮੇਵਾਰ ਨੇ, ਨੌਜਵਾਨ ਜ਼ਿੰਮੇਵਾਰ ਨੇ ਉਂਗਲਾ ਫੇਰ ਵੀ ਉਟਰੀਆਂ ਨੇ। ਜੀ। ਇਹਦੇ ਵਿੱਚ ਇਸ ਤਰ੍ਹਾਂ ਜੀ ਜਿਹੜਾ ਤੁਸੀਂ ਸਵਾਲ ਕੀਤਾ ਹੈ ਵੀ ਅੱਜ ਪੰਜਾਬ ਦੇ ਵਿੱਚ ਪੱਗ ਵੀ ਦਿਸ ਰਹੀ ਹੈ ਦਸਤਾਰ ਗੁਫਤਾਰ ਦਿਸ ਰਿਹਾ ਸਾਹਿਬ ਬਿਲਕੁਲ ਪਰ ਉੱਥੇ ਕੀ ਹੈ ਜਿਹੜਾ ਸਾਡਾ ਹੈਗਾ ਅੰਦਰੂਨੀ ਜੀਵਨ ਜਿਹੜਾ ਹੈਗਾ ਜਿਹੜੇ ਸਾਡੇ दैਵੀ ਗੁਣ ਨੇ ਜਿਨ੍ਹਾਂ ਨੂੰ ਅਸੀਂ ਧਾਰਨ ਕਰਨਾ ਕੋਈ ਤਰ੍ਹਾਂ ਕਿਤੇ ਮਿਸ ਨੇ ਉਹ ਮਿਸ ਨੇ ਸਾਡੇ ਜਿਹੜੇ ਸਾਡੇ दैਵੀ ਗੁਣ ਜਿਹੜੇ ਗੁਰਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੱਸ ਰਹੀ ਨਾ ਉਹ दैਵੀ ਗੁਣ ਸਾਡੇ ਮਿਸ ਹੋਣ ਕਾਰਨ ਕਰਕੇ ਹੀ ਸਾਡਾ ਜਿਹੜਾ ਫਲਾ ਜਿਹੜਾ ਹੈ ਉਹ ਨਹੀਂ ਹੋ ਰਿਹਾ ਬਹੁਤ ਸਾਰੇ ਐਂਗਲਾਂ ਤੇ ਕੰਮ ਕਰਨ ਦੀ ਲੋੜ ਹੈ ਬਹੁਤ ਬਹੁਤ ਸਾਰੀ ਸੰਗਤ ਜਿਹੜੀ ਹੈ ਕੌਮ ਜਿਹੜੀ ਹੈ ਹਰ 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 ਐਂਗਲ ਤੇ ਕੰਮ ਕਰਨ ਦਾ ਯਤਨ ਕਰ ਰਹੀ ਹੈ ਔਰ ਜਿੱਥੇ ਜਿੱਥੇ ਕਿਸੇ ਦਾ ਜੋਰ ਹੈ ਜਿੱਥੇ ਜਿੱਥੇ ਕਿਸੇ ਦੀ ਸੇਵਾਵਾਂ ਬਣਦੀਆਂ ਉਹ ਆਪਣੀ ਯਤਨਸ਼ੀਲ ਆਪਣੀਆਂ ਸੇਵਾਵਾਂ ਦੇ ਵਾਸਤੇ ਇਹ ਨਹੀਂ ਆ ਵੀ ਕੌਮ ਕੁਝ ਕਰ ਨਹੀਂ ਕਰ ਨਹੀਂ ਰਹੀ ਪ੍ਰਚਾਰਕ ਵੀ ਜੋਰ ਲਾ ਰਹੇ ਨੇ ਜਿਹੜਾ ਹੈ ਪ੍ਰਬੰਧਕ ਸ਼੍ਰੈਣੀਆਂ ਨੇ ਉਹ ਵੀ ਆਪਣਾ ਜੋਰ ਲਾ ਰਹੀਆਂ ਨੇ ਜੋ ਸਾਡੀਆਂ ਸੰਪਰਦਾਵਾਂ ਨੇ ਉਹ ਵੀ ਆਪਣਾ ਜੋਰ ਲਾ ਰਹੀਆਂ ਨੇ ਪਰ ਕੀ ਹੈ ਨੌਜਵਾਨ ਕਿਉਂ ਨਹੀਂ ਅੱਜ ਦਾ ਉੱਠ ਰਿਹਾ ਉਸ ਦੇ ਵਿੱਚ ਜੋਸ਼ ਕਿਉਂ ਨਹੀਂ ਆ ਰਿਹਾ ਜਾਂ ਸਿੱਖੀ ਧਾਰਨ ਕਿਉਂ ਨਹੀਂ ਕਰ ਰਿਹਾ ਉਹਦਾ ਇੱਕ ਕਾਰਨ ਹੈ ਕਾਰਨ ਕੀ ਇਹ ਮੇਰੇ ਸਮਝ ਦੇ ਮਤਾਬਕ ਜਿਹੜਾ ਕਾਰਨ ਹੈ ਜਿਸ ਤਰ੍ਹਾਂ ਦਾ ਸਾਨੂੰ ਪ੍ਰੋਸ ਕੇ ਦਿੱਤਾ ਜਾ ਰਿਹਾ ਨਾ ਨੌਜਵਾਨ ਜਿਹੜਾ ਦੇਖੋ ਇੱਕ ਖੋਜ ਦੇ ਮਤਾਬਕ ਜਿਹੜਾ 80% ਸਾਡੇ ਤੇ ਪ੍ਰਭਾਵ ਦੇਖਣ ਦਾ ਪੈਂਦਾ ਤੇ 20% ਪ੍ਰਭਾਵ ਸਾਡੇ ਦੇ ਉੱਪਰ ਸਨ ਦਾ ਪੈਂਦਾ ਜੋ ਕੁਝ ਅਸੀਂ ਪ੍ਰੋਸ ਕੇ ਅੱਜ ਕਿਸੇ ਵੀ ਮਾਧਿਅਮ ਦੇ ਰਾਹੀਂ ਚਾਹੇ ਉਹ ਸਾਡੇ ਚੈਨਲ ਦੇ ਨੇ ਚਾਹੇ ਸਾਡੀਆਂ ਸੋਸ਼ਲ ਸਾਈਟਾਂ ਨੇ ਕਿਸੇ ਵੀ ਮਾਧਿਅਮ ਦੇ ਰਾਹੀਂ ਜੋ ਸਾਡੇ ਨੌਜਵਾਨਾਂ ਨੂੰ ਪ੍ਰੋਸ ਕਰਕੇ ਦਿੱਤਾ ਜਾ ਰਿਹਾ ਉਹ ਪ੍ਰੋਸ ਕਰਨ ਦੇ ਨਾਲ ਉਹ ਉਸ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਉਹ ਜਿਉਣਾ ਚਾਹੁੰਦੇ ਉਸ ਤਰ੍ਹਾਂ ਦੀ ਜ਼ਿੰਦਗੀ ਆ ਉਹ ਨੌਜਵਾਨ ਜਿਹੜਾ ਹੈ ਜਿਉਣਾ ਚਾਹੁੰਦਾ ਬਾਕੀ ਇਸ ਤਰ੍ਹਾਂ ਦੇਖਦਾ ਵੀ ਫਲਾਨਾ ਜਿਹੜਾ ਉਹ ਚਾਹੇ ਉਹ ਕਲਾਕਾਰ ਹੈ ਚਾਹੇ ਉਹ ਪ੍ਰਚਾਰਕ ਹੈ ਚਾਹੇ ਕੋ ਕੋ ਸਭੀ ਰਾਤੋਂ ਰਾਤ ਅਮੀਰ ਹੋ ਗਏ ਜਰ ਕੋ ਇੰਨਾ ਪੈਸਾ ਆ ਗਿਆ ਇਸ ਤਰ੍ਹਾਂ ਦਾ ਆ ਗਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਤੇ ਪ੍ਰਭਾਵਿਤ ਕਰਦੀਆਂ ਨਹੀਂ ਪਦਾਰਥਵਾਦ ਵੱਲ ਜ਼ਿਆਦਾ ਵਧ ਗਿਆ ਹਾਂ ਪਦਾਰਥਵਾਦ ਵੱਲ ਪੂਰਾ ਹੀ ਜਿਹੜਾ ਅੱਜ ਦਾ ਨੌਜਵਾਨ ਹੈ ਨਾ ਪੂਰਾ ਹੀ ਪਦਾਰਥਵਾਦ ਦੇ ਵੱਲ ਵਧਿਆ ਹੋਇਆ ਜੇ ਪਦਾਰਥਵਾਦ ਦੇ ਵੱਲ ਨਾ ਵਧਿਆ ਹੁੰਦਾ ਤੇ ਬਾਹਰ ਜਾਂਦੀਆਂ ਜਿਹੜੀਆਂ ਰੁਝਾਨ ਪੈਦਾ ਹੋਣਾ ਸੀ ਉਹ ਤਾਂ ਵੀ ਨਹੀਂ ਹੋਣਾ ਸੀਗਾ ਜਾਂ ਇੱਥੇ ਜਿਹੜਾ ਹੈ ਵੱਡੀਆਂ ਵੱਡੀਆਂ ਕਾਰਾਂ ਗੱਡੀਆਂ ਦੇ ਵਿੱਚ ਘੁੰਮਣ ਦਾ ਜਾਂ ਕਲੱਬਾਂ ਵਿੱਚ ਜਾ ਕੇ ਜਾਣ ਦਾ ਜਿਹੜਾ ਹੈਗਾ ਪ੍ਰੋਗਰਾਮ ਨੌਜਵਾਨ ਦੇ ਮਾਨ ਵਿੱਚ ਚੱਲ ਰਿਹਾ ਉਹ ਨਾ ਹੁੰਦਾ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜਾ ਵੱਡਾ ਇੱਕ ਦੁਖਾਂਤ ਅਸੀਂ ਕਹਿ ਸਕਦੇ ਆ ਬੜਾ ਵੱਡਾ ਇੱਕ ਦਰਦ ਸਾਡੇ ਅਤੀ ਸਤਕਾਜ ਜੁਗ ਭਾਈ ਗੁਰਪ੍ਰੀਤ ਸਿੰਘ ਸਾਡੇ ਸਾਹਮਣੇ ਰੱਖ ਦਿੱਤਾ ਪੰਜਾਬ ਖਾਲੀ ਹੋ ਰਿਹਾ ਇੱਕ ਸ਼ਬਦ ਅਸੀਂ ਆਮ ਗੁਰਬਾਣੀ ਵਿੱਚੋਂ ਵੀ ਪੜ੍ਹਦੇ ਆ ਸੁਣਦੇ ਆ ਗੁਰਦੁਆਰਾ ਹੋਏ ਸੋਜੀ ਤੁਝੇ ਬਾਈ ਗੁਰਦੁਆਰਾ ਸਿੱਖੀ ਦਾ ਸਕੂਲ ਨੇ ਜੇਕਰ ਸਕੂਲ ਦੇ ਵਿੱਚ ਸਾਰੇ ਟੀਚਰ ਇਨਲੈਗ ਨਿਕਲਣਗੇ ਤੇ ਸਕੂਲ ਤਰੱਕੀ ਕਿਵੇਂ ਕਰੇਗਾ ਜੇਕਰ ਸਾਰੇ ਵਿਦਿਆਰਥੀ ਹੀ ਬਾਹਰ ਚਲੇ ਗਏ ਸਕੂਲ ਚ ਨਾ ਕੋਈ ਆਇਆ ਵਿਦਿਆਰਥੀ ਤੇ ਟੀਚਰ ਕਿਸ ਨੂੰ ਪੜਾਣਗੇ ਸਕੂਲ ਵੀ ਉਹੀ ਕਾਮਯਾਬ ਹੈ ਜਿੱਥੇ ਟੀਚਰ ਵੀ ਹੋਣ ਤੇ ਜਿੱਥੇ ਸਾਰੇ ਵਿਦਿਆਰਥੀ ਵੀ ਹੋਣ ਪ੍ਰਬੰਧਕ ਸ਼੍ਰੇਣੀ ਵੀ ਸਾਡੇ ਕੋਲ ਹੈ ਸੰਗਤ ਵੀ ਸਾਡੇ ਕੋਲ ਹੈ ਨੌਜਵਾਨ ਵੀ ਸਾਡੇ ਕੋਲ ਹੈ ਅਸੀਂ ਆਪਣੇ ਸਕੂਲ ਦਾ ਆਪ ਨਾਮ ਰੋਸ਼ਨ ਕਰਨਾ ਹੈ ਪ੍ਰਿੰਸੀਪਲ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੇ ਪ੍ਰਿੰਸੀਪਲ ਧੰਨ ਸ਼੍ਰੀ ਗੁਰੂ ਗਰੰਦ ਸਾਹਿਬ ਨੇ ਉਹ ਅਗਵਾਈ ਸਾਡੀ ਕਰ ਰਹੇ ਨੇ ਨਿਤ ਸਾਨੂੰ ਸੰਦੇਸ਼ ਦੇ ਰਹੇ ਨੇ ਪਰੰਤੂ ਅਫਸੋਸ ਅੱਜ ਕਿਤਨੇ ਕਿਤੇ ਸਾਡੇ ਟੀਚਰ ਸਹਿਬਾਨ ਕਿਤਨੇ ਕਿਤੇ ਸਾਡੇ ਨੌਜਵਾਨੋ ਵਿਦਿਆਰਥੀ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਗਏ ਨੇ ਗੁਰੂ ਕਿਰਪਾ ਕਰੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਈਏ ਤਾਂ ਜੋ ਕੌਮ ਦੇ ਵਿੱਚ ਇੱਕ ਨਵਾਂ ਨਿਖਾਰ ਆਵੇ ਕੌਮਚੜ ਦੀ ਕਲਾਵਲ ਜਾਵੇ ਇੱਕੋ ਇੱਕ ਬੇਨਤੀ ਮੈਂ ਕਰਨਾ ਚਾਹਾਂਗਾ ਰਮਜੀਤ ਸਿੰਘ ਜੀ ਤੁਸੀਂ ਯੋਗ ਪ੍ਰਬੰਧ ਕਰ ਰਹੇ ਹੋ ਯੋਗ ਪ੍ਰਬੰਧਕ ਤੁਹਾਡੇ ਨਾਲ ਜੁੜੇ ਪਏ ਨੇ ਸਾਰਥਕ ਨਤੀਜੇ ਉਸ ਇਲਾਕੇ ਚੋਂ ਨਿਕਲ ਰਹੇ ਨੇ ਸੰਗਤਾ ਬੜੀ ਉਪਮਾ ਕਰਦੀਆਂ ਨੇ ਗੁਰੂ ਦੀ ਜ਼ੁਰੀ ਦੇ ਵਿੱਚ ਕਿ ਯੋਗ ਗਵਾਈ ਕੀਤੀ ਜਾ ਰਹੀ ਹੈ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਦੇ ਵੀ ਜੇਕਰ ਕੋਈ ਨੌਜਵਾਨ ਅੱਗੇ ਆਉਣ ਉਹਨਾਂ ਦੀ ਅਗਵਾਈ ਕਿਵੇਂ ਕੀਤੀ ਜਾਵੇਗੀ ਉਹਨਾਂ ਨੂੰ ਕੀ ਬੰਦਾ ਮਾਨ ਸਨਮਾਨ ਤੁਹਾਡੇ ਵੱਲੋਂ ਦਿੱਤਾ ਜਾਵੇਗਾ ਬਿਲਕੁਲ ਜੀ ਜੋ ਨੌਜਵਾਨ ਜਿਸ ਤਰ੍ਹਾਂ ਦਾ ਮਤਲਬ ਲਾਇਕ ਹੋਣਗੇ ਮੈਨੇਜਮੈਂਟ ਨੂੰ ਸੰਭਾਲਣ ਦੇ ਉਹ ਉਹਨਾਂ ਦੇ ਵਿੱਚ ਉਹ ਐਬਿਲਿਟੀ ਹੋਏਗੀ ਉਹ ਸੰਭਾਲ ਸਕਦੇ ਨੇ ਸੰਗਤ ਹੈ ਗੁਰੂ ਘਰ ਤੇ ਸੰਗਤ ਦੇ ਨੇ ਬਿਲਕੁਲ ਪ੍ਰਬੰਧ ਤੇ ਸੰਗਤ ਨਹੀਂ ਕਰਨਾ ਹੈ ਨਾ ਬਿਲਕੁਲ ਮਤਲਬ ਜੋ ਮੌਜੂਦਾ ਪ੍ਰਬੰਧ ਚੱਲ ਰਿਹਾ ਉਹ ਵੀ ਤੇ ਸੰਗਤ ਵਿੱਚੋਂ ਹੀ ਸੰਗਤ ਨੇ ਹੀ ਉਹਨਾਂ ਨੂੰ ਦਿੱਤਾ ਹੈ ਉਹਨਾਂ ਨੇ ਸੰਗਤ ਨੇ ਕੁਝ ਬੰਦੇ ਚੁਣ ਕੇ ਅੱਗੇ ਦੇ ਦਿੱਤੇ ਨੇ ਤੁਸੀਂ ਪ੍ਰਬੰਧ ਸੰਭਾਲੋ ਜੀ ਚੱਲ ਰਿਹਾ ਠੀਕ ਹੈ ਸੋਹਣਾ ਚੱਲ ਰਿਹਾ ਮਤਲਬ ਨੌਜਵਾਨਾਂ ਨੂੰ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਵੀ ਨੌਜਵਾਨਾਂ ਨੂੰ ਆਪਣੇ ਆਪ ਨੂੰ ਇਸ ਯੋਗ ਬਣਾਉਣਾ ਚਾਹੀਦਾ ਹੈ ਕਿ ਪ੍ਰਬੰਧਕ ਬਜ਼ੁਰਗਾਂ ਨੂੰ ਕਿ ਪ੍ਰਬੰਧਕ ਬਜ਼ੁਰਗ ਸਤਿਕਾਰਯੋਗ ਜਿਹੜੇ ਬਜ਼ੁਰਗਾਂ ਕੋਲੇ ਪ੍ਰਬੰਧ ਹੈ ਉਹ ਉਹਨਾਂ ਨੂੰ ਪ੍ਰਬੰਧ ਸੌਂਪ ਕੇ ਆਪਣੇ ਆਪ ਤੇ ਮਾਣ ਮਹਿਸੂਸ ਕਰਨ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਨ ਵੀ ਅਸੀਂ ਪ੍ਰਬੰਧ ਜਿਹੜਾ ਯੋਗ ਹਰ ਤਰ੍ਹਾਂ ਦੇ ਦੇ ਚੁੱਕੇ ਆ ਆਪਣੇ ਆਪ ਨੂੰ ਟੈਨਸ਼ਨ ਫਰੀ ਮਹਿਸੂਸ ਕਰਨ ਹੈਨਾ ਅਕਸਰ ਨੌਜਵਾਨਾਂ ਨੂੰ ਇਦਾਂ ਆਪਣੇ ਆਪ ਨੂੰ ਇੰਨਾ ਤਿਆਰ ਕਰਨਾ ਚਾਹੀਦਾ ਹੈ ਔਰ ਇਹਦੇ ਵਿੱਚ ਤਿਆਰ ਕਰਨ ਦੇ ਵਿੱਚ ਵੀ ਸਾਨੂੰ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਤਜਰਬਾ ਹੈ ਤੇ ਮੌਜੂਦਾ ਪ੍ਰਬੰਧਕਾਂ ਦਾ ਤਜਰਬਾ ਜੋ ਹੈ ਉਹਨਾਂ ਨੂੰ ਆਪਣੇ ਤਜਰਬਾ ਨੌਜਵਾਨਾਂ ਨਾਲ ਸ਼ੇਅਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ ਔਰ ਉਹਨਾਂ ਨੂੰ ਪ੍ਰਬੰਧ ਦੇ ਵਿੱਚ ਆਉਣ ਵਾਸਤੇ ਮੌਕੇ ਦੇਣੇ ਚਾਹੀਦੇ ਨੇ ਪਲੇਟਫਾਰਮ ਤਿਆਰ ਕਰਕੇ ਦੇਣਾ ਚਾਹੀਦਾ ਹੈ ਔਰ ਉਹਨਾਂ ਨੂੰ ਇਨਸਪਾਇਰ ਵੀ ਕਰਨਾ ਚਾਹੀਦਾ ਹੈ ਬਿਲਕੁਲ ਤੁਹਾਡਾ ਸਹੀ ਜੇ ਕਿਤੇ ਕੋਈ 1921 ਪ੍ਰਬੰਧ ਵਿੱਚ ਹੁੰਦੀ ਵੀ ਹੈ ਤਾਂ ਉਹਨੂੰ ਟਾਇਲਟ ਕਰਕੇ ਸਮਾਪਕੇ ਸਮਾਪਕੇ ਸਮਾਹਾਰਿਆ ਵੀ ਜਾ ਸਕਦਾ ਹੈ ਕਿਉਂਕਿ ਜੋ ਅੱਜ ਬਜ਼ੁਰਗ ਨੇ ਉਹ ਵੀ ਤਾਂ ਕਦੇ ਯੰਗ ਹੀ ਸੀ ਨਾ ਯੰਗ ਅਜ ਦੇ ਵਿੱਚ ਹੋ ਕੇ ਹੌਲੀ 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 ਅਭਿਆਸ ਕਰਦੇ ਹੋਏ ਉਹਨਾਂ ਦਾ ਤਜਰਬਾ ਬਣਿਆ ਤੇ ਅੱਜ ਉਹ ਸਾਨੂੰ ਕੁਝ ਸਿਖਾਉਣ ਦੇ ਯੋਗ ਬਣ ਚੁੱਕੇ ਨੇ ਬਿਲਕੁਲ ਤੁਹਾਡਾ ਸਹੀ ਹੈ ਸੱਚਮੁੱਚ ਗੁਰਪ੍ਰੀਤ ਸਿੰਘ ਫਿਰ ਮੈਂ ਤੁਹਾਡੇ ਕੋਲ ਆਵਾਂਗਾ ਇੱਕੋ ਬੇਨਤੀ ਕਰਨਾ ਚਾਹਾਂਗਾ ਪੁੱਛਣਾ ਚਾਹਾਂਗਾ ਅਕਸਰ ਕਿਹਾ ਜਾਂਦਾ ਹੈ ਸੰਗਠਨ ਦਾ ਇੱਕ ਮੰਚ ਸਵਾਲ ਵੀ ਹੈ ਅਸੀਂ ਤਾਂ ਉਹਨੂੰ ਸੁਣਨਾ ਚਾਹੁੰਦੇ ਸੀ ਅਸੀਂ ਤਾਂ ਉਹਨੂੰ ਉਹਦਾ ਆਨੰਦ ਲੈਣਾ ਚਾਹੁੰਦੇ ਸੀ ਕੀਰਤਨ ਦਾਈ ਪ੍ਰਚਾਰ ਕਰਾਈ ਪ੍ਰਬੰਧਕ ਕਈ ਵਾਰ ਸੰਗਤਾਂ ਨੂੰ ਬਿਨਾਂ ਪੁੱਛੇ ਹੀ ਕੁਝ ਇਹੋ ਜਿਹੇ ਵਿਅਕਤੀ ਬੁਲਾ ਲਏ ਜਾਂਦੇ ਜਿਨ੍ਹਾਂ ਕਰ ਸੰਗਤਾਂ ਨਾਰਾਜ਼ ਵੀ ਹੋ ਜਾਂਦੀਆਂ ਨੇ ਪਰੰਤੂ ਉਹ ਪ੍ਰਬੰਧਕ ਵੀ ਧੰਤਾ ਦੇ ਯੋਗ ਨੇੜੇ ਸੰਗਤ ਦੀ ਅਗਵਾਈ ਨਾਲ ਸੰਗਤ ਦੀ ਮਨਜ਼ੂਰੀ ਲੈ ਕੇ ਸੋਹਣਾ ਪ੍ਰਬੰਧ ਕਰਦੇ ਨੇ ਬੁਲਾਰੇ ਬੁਲਾਉਂਦੇ ਨੇ ਉੱਥੇ ਨਤੀਜੇ ਕੁਝ ਹੋਰ ਨਿਕਲ ਰਹੇ ਨੇ ਜੀ ਦੇਖੋ ਜਿਸ ਤਰ੍ਹਾਂ ਦੀ ਹਰ ਇਲਾਕੇ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਹਰ ਇਲਾਕੇ ਦਾ ਆਪਣਾ ਆਪਣਾ ਜਿਸ ਤਰ੍ਹਾਂ ਜਿਹੜਾ ਆਪਣਾ ਮਾਝੇ ਦਾ ਇਲਾਕਾ ਹੈਗਾ ਇਹ ਜ਼ਿਆਦਾ ਢਾਡੀ ਬਾਰਾਂ ਪਸੰਦ ਕਰਦਾ ਬਿਲਕੁਲ ਜਿਹੜਾ ਮਾਲਵੇ ਦਾ ਇਲਾਕਾ ਉਹ ਦੀਵਾਨ ਵਗੈਰਾ ਉਧਰ ਸੰਤ ਮਹਾਤਮਾ ਲਾਉਂਦੇ ਨੇ ਉਹਨਾਂ ਨੂੰ ਪਸੰਦ ਕਰਦਾ ਇਸ ਤਰ੍ਹਾਂ ਵੀ ਸੰਗਤ ਦੀ ਰਾਇ ਨਾਲ ਜਿਹੜੇ ਸਿਆਣੇ ਪ੍ਰਬੰਧਕ ਨੇ ਉਹ ਸੰਗਤ ਦੀ ਰਾਇ ਨਾਲ ਦੇਖੋ ਸੌਨਾ ਤੇ ਸੰਗਤ ਨਹੀਂ ਹੁੰਦਾ ਠੀਕ ਹੈ ਜੀ ਪ੍ਰਬੰਧਕਾਂ ਨੇ ਪ੍ਰਬੰਧ ਕਰਨਾ ਹੁੰਦਾ ਸੌਨਾ ਸੰਗਤ ਨਹੀਂ ਹੈ ਜੇ ਸੰਗਤ ਕੋਈ ਢਾਡੀ ਕਿਸੇ ਚੰਗੀ ਨੂੰ ਸੱਦਣਾ ਚਾਹੁੰਦੀ ਤਾਂ ਪ੍ਰਬੰਧਕਾਂ ਨੂੰ ਚਾਹੀਦਾ ਵੀ ਉਹ ਸੰਗਤ ਦੇ ਸਹਿਯੋਗ ਨਾਲ ਤੇ ਮੈਂ ਇਹ ਵੀ ਨਾਲ ਬੇਨਤੀ ਕਰ ਦਿੰਦਾ ਕਈ ਵਾਰੀ ਇੱਥੇ ਕਿਉਂਕਿ ਜਿੱਥੇ ਪ੍ਰਬੰਧਕੀ ਢਾਂਚਾ ਅਸੀਂ ਕਾਫੀ ਲੰਮੇ ਸਮੇਂ ਤੋਂ 25-26 ਸਾਲ ਤੋਂ ਇਸ ਫੀਲਡ ਦੇ ਵਿੱਚ ਵਿੱਚ ਰਹੇ ਹਾਂ ਕਈ ਵਾਰੀ ਇੱਥੇ ਪ੍ਰਬੰਧਕਾਂ ਦੀ ਮਜਬੂਰੀ ਵੀ ਹੋ ਜਾਂਦੀ ਜਾਂ ਤਾਂ ਜਿਹੜੇ ਮਤਲਬ ਵੀ ਜਿਸ ਤਰ੍ਹਾਂ ਦੇ ਸੰਗਤ ਚਾਹੁੰਦੀ ਹੈ ਉਹਨਾਂ ਦੇ ਉਹਨਾਂ ਢਾਡੀਆਂ ਦਾ ਰਾਗੀਆਂ ਦਾ ਪ੍ਰਚਾਰਕਾਂ ਦਾ ਸਮਾਂ ਨਹੀਂ ਮਿਲ ਪਾਉਂਦਾ ਦੂਸਰੇ ਨੰਬਰ ਤੇ ਜਾਂ ਕਈ ਵਾਰੀ ਉਹਨਾਂ ਢਾਡੀਆਂ ਰਾਗੀਆਂ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਤੇ ਪ੍ਰਬੰਧਕ ਉੱਥੋਂ ਦੇਣ ਤੋਂ ਥੋੜਾ ਕੰਨੀ ਘਤਰਾ ਜਾਂਦੇ ਇਹ ਵੀ ਇੱਕ ਕਾਰਨ ਬਣਦਾ ਜੇਕਰ ਸੰਗਤ ਥੋੜਾ ਸਹਿਯੋਗ ਦੇਵੇ ਤੇ ਢਾਡੀ ਪ੍ਰਚਾਰਕਾਂ ਨੂੰ ਸਮੇਂ ਤੋਂ ਪਹਿਲਾਂ ਬੁੱਕ ਕਰ ਲਿਆ ਜਾਵੇ ਤਾਂ ਸੰਗਤ ਦੇ ਮੁਤਾਬਕ ਇਹਦਾ ਉਹ ਸਿਸਟਮ ਸਾਰਾ ਹੈ ਉਹ ਚੱਲ ਸਕਦਾ ਜੇ ਸੰਗਤ ਜਿਸ ਨੂੰ ਪਸੰਦ ਕਰਨਾ ਚਾਹੁੰਦੀ ਹੈ ਤੇ ਉਹ ਉੱਥੇ ਆ ਕੇ ਪ੍ਰਚਾਰ ਕਰਦਾ ਚਾਹੇ ਉਹ ਢਾਡੀ ਆ ਚਾਹੇ ਰਾਗੀ ਆ ਚਾਹੇ ਪ੍ਰਚਾਰਕ ਹੈ ਤਾਂ ਉਹਦੇ ਨਤੀਜੇ ਸੋਹਣੇ ਨਿਕਲਦੇ ਕਿਉਂ ਕਿਉਂਕਿ ਜਿਹੜਾ ਬੰਦਾ ਕਿਸੇ ਦੇ ਨਾਲ ਕਿਸੇ ਨੂੰ ਫਾਲੋ ਕਰਦਾ ਤਾਂ ਉਹਦੀ ਗੱਲ ਉਹ ਸਮਾਂ પાਕੇ ਧਿਆਨ ਨਾਲ ਸੁਣਦਾ ਬਿਲਕੁਲ ਦੇ ਉਹਦੇ ਆਖੇ ਵੀ ਲੱਗਦਾ ਜਿਸ ਤਰ੍ਹਾਂ ਉਹ ਪ੍ਰੇਰਿਤ ਕਰਦਾ ਤੇ ਉਸ ਤਰ੍ਹਾਂ ਉਹ ਆਖੇ ਲੱਗ ਜਾਂਦੇ ਫਿਰ ਸਾਡੇ ਜਿਹੜੇ ਨਤੀਜੇ ਆ ਉਹ ਸੋਹਣੇ ਨਿਕਲਣ ਦਾ ਜਿਹੜਾ ਹੈਗਾ ਉਹ ਵੀ ਹੱਲ ਵਧੀਆ ਹੈਗਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜਾ ਆਨੰਦ ਆਇਆ ਅੱਜ ਜਦੋਂ ਸਾਡੇ ਨਾਲ ਦੋਨਾਂ ਸ਼ਖਸੀਤਾਂ ਨੇ ਆਪਣੇ ਦਿਲ ਦੇ ਬਲਵਲੇ ਸਾਂਝੇ ਕੀਤੇ ਨੇ ਇਹ ਕੇਵਲ ਇਹਨਾਂ ਦੇ ਬਲਵਲੇ ਨਹੀਂ ਅੱਜ ਬਹੁਤਾਂ ਦੀ ਗਿਣਤੀ 'ਚ ਹਰ ਪ੍ਰਬੰਧਕ ਕਮੇਟੀ ਚ ਆਂਦੀ ਹੈ ਅਸੀਂ ਬੜਾ ਵੱਡਾ ਬਜਟ ਖਰਚ ਕਰ ਰਹੇ ਆਂ ਬੜੀ એનર્ਜੀ ਲੱਗ ਰਹੀ ਹੈ ਯੋਗ ਨਤੀਜੇ ਨਿਕਲਣ ਪ੍ਰਚਾਰਕ ਵੀ ਚਾਹੁੰਦੇ ਨੇ ਰਾਗੀ ਵੀ ਚਾਹੁੰਦੇ ਜਿੱਥੇ ਜਾ ਰਹੇ ਉੱਥੇ ਆਉਟਪੁੱਟ ਚੰਗੇ ਨਿਕਲੇ ਸੰਗਤ ਵੀ ਚਾਹੁੰਦੀ ਹੈ ਕਿ ਕੌਮ ਚੜ੍ਹਦੀ ਕਲਾਵਲ ਜਾਵੇ ਸਾਡੇ ਬੱਚੇ ਚੜ੍ਹਦੀ ਕਲਾਵਲ ਜਾਣ ਕਸੂਰ ਇਕੱਵ ਦਾ ਨਹੀਂ ਹੁੰਦਾ ਅਸੀਂ ਇਕੱਠੇ ਰਲ ਕੇ ਕੋਈ ਕਾਰਜ ਕਰੀਏ ਇਕੱਠੇ ਰਲ ਕੇ ਮਲਾਮਾਰੀ ਜਿੱਥੇ ਕਮੀਆਂ ਪੇਸ਼ੈਂਟ ਦੀ ਆਪਣੀਆਂ ਕਮੀਆਂ ਪੇਸ਼ੈਂਟ ਦੂਰ ਕਰੀਏ ਭਾਵੇਂ ਉਹ ਪ੍ਰਬੰਧਕ ਨੇ ਭਾਵੇਂ ਉਹ ਸੇਵਾ ਕਰਨ ਵਾਲੇ ਨੌਜਵਾਨ ਨੇ ਭਾਵੇਂ ਉਹ ਸੁਣਨ ਵਾਲੀ ਸੰਗਤ ਹੈ ਜਦੋਂ ਸਾਰੇ ਰਲ ਕੇ ਇਕੱਠੇ ਚੱਲਾਂਗੇ ਸ਼ਾਇਦ ਅچھے ਨਤੀਜੇ ਸ਼ਾਇਦ ਨਹੀਂ ਪੂਰਨ ਤੌਰ ਤੇ ਅਸੀਂ ਗ੍ਰੈਂਡ ਕਰ ਸਕਦੇ ਹਾਂ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਹੁਣ ਸਾਨੂੰ ਦਿਓ ਆ ਗਿਆ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਇਹੋ ਜਿਹੀ ਵਿਸ਼ੇ ਵੀ ਹੋਰ ਤੁਹਾਡੇ ਰੂਬਰੂ ਕੀ ਹੈ ਜਿਨ੍ਹਾਂ ਤੇ ਗੱਲਬਾਤ ਕਰਕੇ ਅਸੀਂ ਕੋਈ ਅੱਛੀ ਆਉਟਪੁੱਟ ਕੋਈ ਅੱਛਾ ਨਤੀਜਾ ਕੌਮ ਦੀ ਚੜ੍ਹਦੇ ਕਲਾ ਵਾਸਤੇ ਤਤਪਰ ਰਹਿ ਕੇ ਕੋਈ ਇਹੋ ਜਿਹਾ ਪਲੇਟਫਾਰਮ ਕ੍ਰੀਏਟ ਕਰ ਸਕੀਏ ਜਿੱਥੇ ਕਿ ਆਉਣ ਵਾਲੇ ਨੌਜਵਾਨ ਆਉਣ ਵਾਲੇ ਬਜ਼ੁਰਗ ਸੰਗਤਾਂ ਵਾਸਤੇ ਇੱਕ ਅੱਛਾ ਮੈਸੇਜ ਦਿੱਤਾ ਜਾ ਸਕੇ ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਆਪਣੇ ਦਿਲ ਦੇ ਬਲਵਲੇ ਨੂੰ ਅੱਜ ਸੰਗ ਨਾਲ ਸਾਂਝਾ ਕੀਤਾ ਗੁਰੂ ਕਿਰਪਾ ਕਰੇ ਜੋ ਤੁਹਾਡੀ ਸੋਚ ਹੈ ਜੋ ਤੁਹਾਡੇ ਅੰਦਰ ਦਰਦ ਹੈ ਇਹ ਕਿਤੇ ਦਰਦ ਸਾਰੇ ਪ੍ਰਬੰਧਕਾਂ ਦਾ ਸਾਰੀ ਸੰਗਤ ਦਾ ਸਾਰੇ ਨੌਜਵਾਨਾਂ ਦਾ ਬਣ ਜਾਵੇ ਇੱਕ ਅੱਛਾ ਕਾਰਜ ਕਰਕੇ ਕੌਮਚੜ ਦੀ ਕਲਾ ਵੱਲ ਜਾ ਸਕੇ ਪੰਥ ਵਾਧੇ ਵੱਲ ਜਾ ਸਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ